ਜੀ ਜਿਸ ਦੌਰ ਦੇ ਵਿੱਚ ਤੁਸੀਂ ਇਹ ਕੰਮ ਕੀਤਾ ਉਹ ਦੌਰ ਬੜਾ ਇੱਕ ਐਸਾ ਦੌਰ ਸੀ, ਪਤਾ ਨਹੀਂ ਸੀ ਗੋਲੀ ਕਿੱਧਰੋਂ ਅਤੇ ਕਿਹੜੇ ਪਾਸਿਓਂ ਆ ਜਾਣੀ ਹੈ। ਉਹ ਦੌਰ ਐਸਾ ਸੀ ਜਦੋਂ ਬੀਬੀਆਂ ਨੂੰ ਘਰੋਂ ਬਾਹਰ ਨਿਕਲਣ ਦੀ ਪਰਮਿਸ਼ਨ ਨਹੀਂ ਸੀ, ਅਤੇ ਤੁਸੀਂ ਉਸ ਦੌਰ ਦੇ ਵਿੱਚ ਇਹ ਕੰਮ ਦੇ ਕਿਵੇਂ ਅੱਗੇ ਲੈ ਕੇ ਚੱਲੇ? ਜਦੋਂ ਅਸੀਂ ਇਹ ਸਾਰਾ ਕੰਮ ਕਰ ਰਹੇ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਸੀ ਉਹ ਇੱਕ ਨਵਾਂ ਰੁੱਖ ਅਖਤਿਆਰ ਕਰ ਰਿਹਾ ਸੀਗਾ। ਪਰ ਇੱਕ ਗੱਲ ਜਿਹੜੀ ਮੈਂ ਡਾਕੂਮੈਂਟ ਕਰਨਾ ਚਾਹੁੰਦੀ ਉਹ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੈਂ ਗਈ ਹਾਂ ਟੈਂਕ ਅੰਦਰ ਖੜ੍ਹਾ ਸੀ, ਹਰਿਮੰਦਰ ਸਾਹਿਬ ਦੀ ਬਿਲਡਿੰਗ ਨੂੰ ਐਂ ਕਿਹਾ ਜਾ ਸਕਦਾ ਸੀ ਜਿਵੇਂ ਸਕੈਲਟਨ ਖੜ੍ਹਾ ਹੁੰਦਾ। ਅਤੇ ਜਦੋਂ ਮੈਂ ਅੰਦਰ ਗਈ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਲਈ ਤਾਂ ਉੱਥੇ ਬੀੜ ਸਾਹਿਬ ਦੇ ਵਿੱਚ ਗੋਲੀ ਲੱਗੀ ਹੋਈ ਦੇਖੀ ਮੈਂ ਆਪਣੀ ਅੱਖਾਂ ਨਾਲ। ਕੀ ਬੱਚੀਆਂ ਨਾਲ ਰੇਪ ਹੋ ਰਿਹਾ ਸੀ, ਥਾਣਿਆਂ ਦੇ ਵਿੱਚ ਧੱਕਾ ਹੋ ਰਿਹਾ ਸੀ, ਉਹਨਾਂ ਦੇ ਜਿਸਮ ਦੇ ਸੌਦੇ ਹੋ ਰਹੇ ਸਨ? ਅਸੀਂ ਮਤਲਬ ਇਹੋ ਜਿਹੇ ਹਾਲਾਤ ਵਿੱਚ ਸੀਗੇ ਕਿ ਜੇ ਸਰਕਾਰ ਨੂੰ ਸ਼ੱਕ ਪੈ ਜਾਂਦਾ ਕਿ ਅਸੀਂ ਖਾੜਕੂਆਂ ਦੀਆਂ ਔਰਤਾਂ ਤਾਂ ਉਹ ਸਾਨੂੰ ਗੋਲੀ ਮਾਰ ਦਿੰਦੇ, ਅਤੇ ਜੇ ਖਾੜਕੂਆਂ ਨੂੰ ਸ਼ੱਕ ਪੈ ਜਾਂਦਾ ਕਿ ਅਸੀਂ ਸਰਕਾਰ ਦੀਆਂ ਬੀਬੀਆਂ ਤਾਂ ਉਹ ਸਾਨੂੰ ਗੋਲੀ ਮਾਰ ਦਿੰਦੇ। ਤੁਸੀਂ ਰਿਪੋਰਟਿੰਗ ਕਰਨ ਲਈ ਗਏ ਸੀ ਜਾਂ ਤੁਹਾਨੂੰ ਕਿਸੇ ਨੇ ਭੇਜਿਆ ਸੀ? ਤੁਹਾਨੂੰ ਸਪੋਰਟ ਕੀਤੀ ਸੀ ਤੁਸੀਂ ਉੱਥੇ ਚਲੇ ਗਏ? ਸਾਨੂੰ ਕਿਸੇ ਦੀ ਸਪੋਰਟ ਨਹੀਂ, ਸਾਨੂੰ ਗੁਰੂ ਦੀ ਸਪੋਰਟ ਸੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕੋਈ ਵੀ ਮਾਮਲਾ ਧਰਮ ਦੀ ਦੁਨੀਆ ਦਾ ਹੋਵੇ, ਸਮਾਜ ਦੀ ਦੁਨੀਆ ਦਾ ਹੋਵੇ ਜਾਂ ਰਾਜਨੀਤਿਕ ਖੇਤਰ ਦਾ ਹੋਵੇ, ਜਦੋਂ ਸਾਡੇ ਕੋਲ ਅਕਾਲ ਚੈਨਲ 'ਤੇ ਪਹੁੰਚ ਜਾਂਦਾ ਤਾਂ ਅਸੀਂ ਥੋੜ੍ਹੀ ਜਿਹੀ ਉਸ 'ਤੇ ਖੋਜ ਕਰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਵੀ ਇਸ ਮਾਮਲੇ ਦੀ ਜਾਣਕਾਰੀ ਕਿਹਨਾਂ ਲੋਕਾਂ ਦੇ ਕੋਲ ਹੈ, ਕਿਹਨਾਂ ਲੋਕਾਂ ਨੇ ਇਸ ਮਾਮਲੇ 'ਤੇ ਆਪਣਾ ਧਿਆਨ ਕੀਤਾ, ਕਿਹਨਾਂ ਲੋਕਾਂ ਨੇ ਰਾਤਾਂ ਲਾਈਆਂ ਨੇ, ਅਤੇ ਉਹਨਾਂ ਲੋਕਾਂ ਨੂੰ ਕੀ ਅਕਾਲ ਚੈਨਲ ਦੇ ਵਿੱਚ ਸੱਦਾ ਨਿਯੋਤਾ ਦਿੱਤਾ ਜਾਵੇ ਅਤੇ ਆਉਣ ਅਤੇ ਆ ਕੇ ਉਹ ਹਾਲਾਤਾਂ ਬਾਰੇ ਜਾਣਕਾਰੀ ਦੇਣ। ਜਦੋਂ ਅਸੀਂ ਗੱਲ ਕਰਦੇ ਹਾਂ 1984 ਤੋਂ ਬਾਅਦ ਦੇ ਹਾਲਾਤਾਂ ਦੀ, ਅਤੇ ਦੋਸਤੋ ਮੈਨੂੰ ਆਖਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ, ਉਹ ਗਾਥਾ ਕੁਝ ਐਸੀ ਸੀ, ਬਹੁਤ ਸੱਚ ਲਿਖਿਆ ਨਹੀਂ ਗਿਆ, ਜੋ ਲਿਖਿਆ ਗਿਆ ਉਹ ਲੁਕੋਇਆ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਚਿਹਰੇ ਨੰਗੇ ਹੋ ਰਹੇ ਸਨ, ਇਸ ਕਰਕੇ ਉਹਨਾਂ ਚੀਜ਼ਾਂ ਨੂੰ ਲੁਕੋ ਦਿੱਤਾ ਗਿਆ। ਜੇ ਕੋਈ ਭੈਣਾਂ ਨੇ ਉੱਠ ਕੇ ਉਦਮ ਅਤੇ ਉਪਰਾਲਾ ਵੀ ਕੀਤਾ, ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ, ਉਹਨਾਂ ਦੀ ਕਲਮ ਦੇ ਜ਼ਰੀਏ ਉਹਨਾਂ ਦੇ ਕਤਲ ਕਰਨ ਤੱਕ ਦੀਆਂ ਵੀ ਗੱਲਾਂ ਚੱਲੀਆਂ। ਹੋ ਸਕਦਾ ਜੇ ਕਤਲ ਕਰਨ ਦੀ ਗੱਲ ਜ਼ੁਬਾਨੀ ਨਾ ਆਈ ਹੋਵੇ ਤਾਂ ਘੱਟੋ ਘੱਟ ਲੋਕਾਂ ਦੇ ਅੰਦਰ 'ਤੇ ਜ਼ਰੂਰ ਚੱਲੀ ਹੋਵੇਗੀ। ਸੋ ਤੁਹਾਡੇ ਨਾਲ ਅੱਜ ਮੈਂ ਗੱਲ ਕਰਨ ਲੱਗਾ ਵਾਂ 84 ਤੋਂ ਬਾਅਦ ਦੇ ਹਾਲਾਤ, ਜਦੋਂ ਸਾਡੀਆਂ ਸਤਿਕਾਰਯੋਗ ਭੈਣਾਂ ਨੂੰ ਥਾਣਿਆਂ ਦੇ ਅੰਦਰ ਜ਼ਲੀਲ ਕੀਤਾ ਜਾਂਦਾ ਸੀ ਅਤੇ ਕਿਤੇ ਨਾ ਕਿਤੇ ਕਹਿ ਦਿੱਤਾ ਜਾਂਦਾ ਸੀ ਤੇਰੇ ਘਰ ਵਾਲੇ ਨੂੰ ਜਾਂ ਤੇਰੇ ਪਤੀ ਨੂੰ ਜਾਂ ਤੇਰੇ ਪੁੱਤਰ ਨੂੰ ਜਾਂ ਤੇਰੇ ਪਿਓ ਨੂੰ ਮਾਰ ਦਿੱਤਾ ਗਿਆ ਜਾਂ ਮਾਰ ਦਿੱਤਾ ਜਾਵੇਗਾ, ਅਤੇ ਕਿਤੇ ਨਾ ਕਿਤੇ ਉਹਨਾਂ ਦੇ ਜਿਸਮ ਦੇ ਸੌਦੇ ਕਰਨ ਦੀਆਂ ਗੱਲਾਂ ਚੱਲਦੀਆਂ ਸਨ। ਭਾਵੇਂ ਗੱਲਾਂ ਕਹਿਣੀਆਂ ਬੜੀਆਂ ਔਖੀਆਂ ਲੱਗਦੀਆਂ ਨੇ, ਪਰ ਮੈਂ ਤਾਂ ਤੁਹਾਨੂੰ ਲੱਗਾ ਮੈਂ ਦੱਸਣ, ਇਸ ਦੌਰ ਦੇ ਵਿੱਚੋਂ ਸਾਡਾ ਪੰਜਾਬ ਲੰਘਿਆ, ਇਸ ਦੌਰ ਦੇ ਵਿੱਚੋਂ ਸਾਡਾ ਪੰਜਾਬ ਟੱਪਿਆ, ਲੋਕਾਂ ਨੇ ਨਹਿਰਾਂ ਦੇ ਵਿੱਚ ਮੱਛੀਆਂ ਅਤੇ ਮਗਰਮੱਛ ਵੇਖੇ ਹੋਣਗੇ, ਇਸ ਪੰਜਾਬ ਨੇ ਆਪਣੀਆਂ ਨਹਿਰਾਂ ਦੇ ਅੰਦਰ ਲਾਸ਼ਾਂ ਰੁੜਦੀਆਂ ਵੀ ਵੇਖੀਆਂ ਨੇ ਜਿਨ੍ਹਾਂ ਨੇ ਉਦਮ ਅਤੇ ਉਪਰਾਲੇ ਕੀਤੇ। ਮੈਂ ਬੜੀ ਦੂਰੋਂ ਦੂਰੋਂ ਇਹਨਾਂ ਨੂੰ ਲੱਭਦਾ ਵਾਂ, ਕਿਤੇ ਇਹਨਾਂ ਦੀ ਕੌਲ ਸਾਨੂੰ ਆ ਜਾਂਦੀ ਹੈ ਵੀ ਤੁਸੀਂ ਅਕਾਲ ਚੈਨਲ ਦੇ ਉੱਪਰ ਬੈਠੇ ਕੁਝ ਚੀਜ਼ਾਂ ਨੂੰ ਪ੍ਰਮੋਟ ਕਰ ਦਿਓ, ਦੱਸ ਦਿਓ, ਹਾਲਾਤਾਂ ਦੀ ਜਾਣਕਾਰੀ ਦਿੰਦੇ ਹੋ, ਅਤੇ ਅਸੀਂ ਵੀ ਉਸ ਵੇਦਨਾ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ, ਅਤੇ ਮੇਰਾ ਚਿੱਤ ਕਰਦਾ ਵੀ ਮੈਂ ਅੱਜ ਆਪਣਾ ਧਰਮ ਅਤੇ ਫਰਜ਼ ਨਿਭਾਵਾਂ। ਅੱਜ ਇਸ ਇੰਟਰਵਿਊ ਨੂੰ ਕਰਨ ਵੇਲੇ ਹਕੀਕਤ ਹੈ ਦੋਸਤੋ, ਮੈਂ ਮਹਿਸੂਸ ਕਰਦਾ ਵਾਂ ਕਿ ਅੱਜ ਮੈਂ ਐਂਕਰ ਦਾ ਫਰਜ਼ ਨਹੀਂ, ਅੱਜ ਮੈਂ ਕੋਈ ਧਰਮ ਦਾ ਫਰਜ਼ ਨਿਭਾ ਰਿਹਾ ਵਾਂ, ਕਿਉਂਕਿ ਉਸ ਸਮੇਂ ਦੇ ਹਾਲਾਤਾਂ ਦੇ ਉੱਪਰ ਸਾਡੀ ਭੈਣ ਜੀਵਨਜੋਤ ਕੌਰ ਜੋ ਪੇਸ਼ੇ ਤੋਂ ਤੇ ਡਾਕਟਰ ਸਨ, ਪਰ ਇਹਨਾਂ ਦਾ ਜਿਹੜਾ ਦਰਦ ਹੈ ਇਹਨਾਂ ਨੂੰ ਸੋਸ਼ਲ ਵਰਕਰ ਬਣਨ ਵੱਲ ਪ੍ਰੇਰਿਤ ਕਰਨ ਲੱਗਾ, ਅਤੇ ਇਹਨਾਂ ਨੇ ਉਸ ਸਮੇਂ ਦੇ ਹਾਲਾਤਾਂ ਬਾਰੇ ਉਦੋਂ ਆਪਣੀ ਕਲਮ ਚਲਾਈ ਜਦੋਂ ਲੋਕ ਕਹਿੰਦੇ ਹੁੰਦੇ ਸੀ ਕਲਮ ਚਲਾਉਣ ਵਾਲੇ ਦੇ ਉੱਪਰ ਗੋਲੀ ਚੱਲੇਗੀ, ਅਤੇ ਇਸ ਭੈਣ ਨੇ ਜਿਹੜਾ ਉਸ ਸਮੇਂ ਬੀਬੀਆਂ ਨੂੰ ਥਾਣਿਆਂ ਦੇ ਵਿੱਚ ਰੱਖਿਆ ਜਾਂਦਾ ਸੀ, ਬੇਪੱਤ ਕੀਤਾ ਜਾਂਦਾ ਸੀ, ਉਹਨਾਂ ਦੇ ਜਿਸਮਾਂ ਦੇ ਸੌਦੇ ਕਰਨ ਦੀਆਂ ਗੱਲਾਂ ਚੱਲਦੀਆਂ ਹੁੰਦੀਆਂ ਸਨ, ਇਸ ਭੈਣ ਨੇ ਬੜੀ ਉੱਚੀ ਆਵਾਜ਼ ਬੁਲੰਦ ਕੀਤੀ ਸੀ। ਅੱਜ ਉਹ ਸਾਡੇ ਸਟੂਡੀਓ ਦੇ ਵਿੱਚ ਨੇ, ਸਾਨੂੰ ਮਾਣ ਹੈ ਵੀ ਐਸੀਆਂ ਸ਼ਖਸੀਅਤਾਂ ਸਾਡੇ ਸਟੂਡੀਓ ਵਿੱਚ ਆ ਕੇ ਆਪਣੀ ਵੇਦਨਾ ਨੂੰ ਪ੍ਰਗਟ ਕਰਦੀਆਂ ਨੇ। ਸਭ ਤੋਂ ਪਹਿਲਾਂ ਅਸੀਂ ਭੈਣ ਜੀ ਦਾ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ ਸਵਾਗਤ ਕਰਦੇ ਹਾਂ। ਭੈਣ ਜੀ, ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਜੀ। ਤੁਸੀਂ ਮਲੋਟ ਦੇ ਜੰਪਲ, ਪੇਸ਼ੇ ਤੋਂ ਡਾਕਟਰ, ਅਤੇ ਡਾਕਟਰ ਜਦੋਂ ਕੋਈ ਬਣ ਜਾਂਦਾ ਤਾਂ ਉਹਦੀ ਇੱਕ ਪਹਿਲੀ ਇੱਛਾ ਹੁੰਦੀ ਹੈ, ਜੋ ਅੱਜ ਦੇ ਹਾਲਾਤ ਮੈਂ ਵੇਖਦਾ ਵਾਂ, ਕਿਸੇ ਵੇਲੇ ਦੁਨੀਆ ਕਹਿੰਦੀ ਹੁੰਦੀ ਸੀ ਕਿ ਡਾਕਟਰ ਰੱਬ ਦਾ ਦੂਜਾ ਰੂਪ ਨੇ,
ਮੈਨੂੰ ਮਾਫ਼ ਕਰ ਦਿਆ ਜੇ ਕਿ ਮੈਂ ਤੁਹਾਡੇ ਬਰੋਬਰ 'ਤੇ ਬੈਠ ਕੇ ਬਹੁਤ ਨੀਵੇਂ ਪੱਧਰ ਦੀ ਲੱਗਾਂ ਗੱਲ ਕਰਨ। ਹਾਲਾਤ ਤਾਂ ਜੈਸੇ ਬਣ ਗਏ ਜਦੋਂ ਲੋਕ ਆਖਣ ਲੱਗ ਪਏ ਕਿ ਡਾਕਟਰ ਨਹੀਂ ਇਹ ਤਾਂ ਕਸਾਈ ਬਣ ਚੁੱਕੇ ਨੇ, ਪਰ ਤੁਸੀਂ ਡਾਕਟਰ ਬਣੇ, ਡਾਕਟਰ ਬਣ ਕੇ ਲੋਕ ਘਰ ਭਰਦੇ ਨੇ, ਅਤੇ ਤੁਸੀਂ ਉਸ ਸਮੇਂ ਦੇ ਵਿੱਚ ਜਵਾਨੀ ਦੀ ਉਮਰ ਸੀ ਔਰ ਬੜੀਆਂ ਥਾਵਾਂ 'ਤੇ ਤੁਸੀਂ ਗਏ, ਹਾਲਾਤਾਂ ਤੋਂ ਜਾਣੂ ਹੋਏ, ਕਿਉਂਕਿ ਉਸ ਸਮੇਂ ਜੇ ਤੁਹਾਡੀ ਉਮਰ 40 ਸਾਲ ਦੇ ਲੱਗੇ ਤਾਂ ਅੱਗੇ ਵੀ ਮੈਂ ਲਾਵਾਂ ਅਤੇ 40 ਸਾਲ ਉਮਰ ਜਵਾਨੀ ਦਾ ਵੇਲਾ ਹੀ ਹੁੰਦਾ ਹੈ, ਉਦੋਂ ਤੁਸੀਂ ਇੰਨਾ ਕੁਛ ਕਰਦੇ ਰਹੇ। ਮੈਂ ਪੁੱਛਣਾ ਚਾਹੁੰਦਾ ਕਿ ਡਾਕਟਰ ਤੋਂ ਤੁਹਾਨੂੰ ਸੋਸ਼ਲ ਵਰਕਰ ਬਣਨ ਦੀ ਪ੍ਰੇਰਨਾ ਕਿਵੇਂ ਅਤੇ ਕਿੱਥੋਂ ਮਿਲੀ? ਕੋਈ ਮੈਂ ਬਚਪਨ ਦੇ ਵਿੱਚ ਹੀ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਜੀ। ਮੈਂ ਸਾਰਾ ਪੰਜਾਬੀ ਲਿਟਰੇਚਰ ਪੜ੍ਹਿਆ, ਪ੍ਰੋਫੈਸਰ ਪੂਰਨ ਸਿੰਘ ਨੂੰ, ਬੀਬੀ ਅਜੀਤ ਕੌਰ, ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਸੁਰਜੀਤ ਪਾਤਰ, ਪਾਸ਼। ਤਾਂ ਇਹਦੇ ਨਾਲ ਤੁਸੀਂ ਜਦੋਂ ਇੱਕ ਸਾਹਿਤ ਵਧੀਆ ਪੜ੍ਹਦੇ ਹੋ ਤਾਂ ਤੁਸੀਂ ਸਮਾਜਿਕ ਸਰੋਕਾਰਾਂ ਨਾਲ ਜੁੜ ਜਾਂਦੇ ਹੋ। ਤਾਂ ਇੱਥੋਂ ਮੈਂ ਕੰਮ ਕਰਦਿਆਂ ਬਾਅਦ ਵਿੱਚ ਮੈਂ ਰਾਜਸਥਾਨ ਚਲੀ ਗਈ, ਬੀਕਾਨੇਰ ਮੈਂ ਮੈਡੀਕਲ ਕਾਲਜ ਦੀ ਆਪਣੀ ਪੜ੍ਹਾਈ ਪੂਰੀ ਕੀਤੀ। ਉੱਥੇ ਰਹਿੰਦਿਆਂ ਮੈਂ ਹਿੰਦੀ ਲਿਟਰੇਚਰ ਦੇ ਬਾਅਦ 'ਚ ਆਈ, ਮੁਨਸ਼ੀ ਪ੍ਰੇਮ ਚੰਦ, ਕ੍ਰਿਸ਼ਨ ਚੰਦਰ, ਆਚਾਰਿਆ ਚਤੁਰਸੈਨ ਅਤੇ ਹੋਰ ਕਈ ਵਧੀਆ ਵਧੀਆ ਲੇਖਕ ਹਿੰਦੀ ਦੇ। ਇਹਨਾਂ ਸਾਰਿਆਂ ਨੂੰ ਦੇ ਨਾਲ ਪਹਿਲਾਂ 10ਵੀਂ ਤੱਕ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੜ੍ਹ ਲਿਆ ਸੀ ਅਤੇ ਚੱਲਣੀ ਲੱਗ ਗਈ ਸੀ ਜੀ, ਜੋ ਕਿ ਮੇਰੇ ਪਿਤਾ ਜੀ ਗੁਰਸਿੱਖ ਸਨ ਅਤੇ ਉਹ ਸਾਡੇ ਘਰ ਦੇ ਵਿੱਚ ਪ੍ਰਕਾਸ਼ ਹੋਇਆ ਹੋਇਆ ਸੀ ਬੀਰ ਸਾਹਿਬ ਦਾ, ਅਤੇ ਮੈਨੂੰ ਬੀਜੀ ਨੇ ਬਚਪਨ ਵਿੱਚ ਹੀ ਇਸ ਪਾਸੇ ਲਗਾਇਆ ਸੀ ਅਤੇ ਮੈਨੂੰ ਪੜ੍ਹਿਆ ਸੀ। ਤਾਂ ਜਦੋਂ ਅਸੀਂ ਮਤਲਬ ਕਿਸੇ ਸਰੋਕਾਰ ਨਾਲ ਜੁੜ ਜਾਂਦੇ ਹਾਂ ਤਾਂ ਇੱਕ ਮਨ ਵਿੱਚ ਇੱਕ ਸੰਵੇਦਨਾ ਬਣ ਜਾਂਦੀ ਹੈ। ਇਸੇ ਪੜ੍ਹਨ ਦੇ ਸ਼ੌਕ ਵਿੱਚੋਂ ਇੱਕ ਦਿਨ ਹੋਸਟਲ ਦੇ ਵਿੱਚ ਮੇਰੀ ਇੱਕ ਜੂਨੀਅਰ ਡਾਕਟਰ ਸੁਮਿਤਰਾ ਪੂਨੀਆ ਦੇ ਕਮਰੇ ਵਿੱਚੋਂ ਮੈਂ ਇੱਕ ਕਿਤਾਬ ਚੱਕ ਕੇ ਲਿਆਈ, ਰਾਜ ਪਰਿਵਾਰ ਅਤੇ ਸੰਪਤੀ ਦੀ ਉਤਪਤੀ, ਫਰੈਡਰਿਕ ਕੈਂਗਲ ਦੀ ਜੀ। ਤਾਂ ਉਸ ਕਿਤਾਬ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਜ਼ਬਰਦਸਤ ਹਲੂਣਾ ਦਿੱਤਾ। ਜਿਹੜੇ ਸਮਾਜਿਕ ਸਰੋਕਾਰ ਮੇਰੇ ਮਨ ਵਿੱਚ ਜੁੜੇ ਹੋਏ ਸਨ, ਉਸ ਕਿਤਾਬ ਨੇ ਮੈਨੂੰ ਉਹਨਾਂ 'ਤੇ ਐਕਟ ਕਰਨ ਦਾ ਰਾਹ ਦਿੱਤਾ। ਤਾਂ ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਂ ਖੱਬੇ ਪੱਖੀ ਖਿਆਲਾਂ ਵਾਲੇ ਪਾਸੇ ਗਈ, ਮੈਂ ਇਹਦੇ 'ਚ ਹੋਰ ਮਤਲਬ ਮਾਰਕਸ ਦੇ ਲੈਨਨ ਬਾਰੇ ਥੋੜ੍ਹਾ ਜਾਣਿਆ। ਇਸ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਪੰਜਾਬ ਦੇ ਵਿੱਚ ਆ ਗਈ। ਪੰਜਾਬ ਵਿੱਚ ਆ ਕੇ ਮੈਂ ਜਮਹੂਰੀ ਅਧਿਕਾਰ ਸਭਾ ਦੇ ਨਾਲ ਜੁੜੀ, ਜਿਹਦੇ ਕਿ ਪੰਜਾਬ ਲੈਵਲ 'ਤੇ ਸਕੱਤਰ ਡਾਕਟਰ ਧਰਮਵੀਰ ਗਾਂਧੀ ਸਨ। ਅੱਛਾ, ਉਸ ਸਮੇਂ? ਉਸ ਸਮੇਂ ਅਤੇ ਬਿਲਾਸਪੁਰ ਉਦੋਂ ਇਹ ਡਾਕਟਰੀ ਕਰਦੇ ਸੀ, ਅਤੇ ਮੈਂ ਫਰੀਦਕੋਟ ਦੀ ਫਾਊਂਡਰ ਮੈਂਬਰ ਬਣੀ। ਅਤੇ ਉਹ ਫਰੀਦਕੋਟ ਜਦੋਂ ਯੂਨਿਟ ਬਣਾਉਣ ਲਈ ਆਏ ਤਾਂ ਸਾਡੀ ਪਹਿਲੀ ਮੁਲਾਕਾਤ ਫਰੀਦਕੋਟ ਵਿਖੇ ਹੋਈ ਜੀ। ਤਾਂ ਜਮਹੂਰੀ ਅਧਿਕਾਰ ਸਭਾ ਵਿੱਚ ਕੰਮ ਕਰਦਿਆਂ ਹੋਇਆਂ ਅਸੀਂ ਮਨੁੱਖੀ ਅਧਿਕਾਰਾਂ ਬਾਰੇ ਕੰਮ ਕਰਦੇ ਰਹੇ। ਉੱਥੇ ਉਦੋਂ 3-4 ਕੇਸ ਇਹੋ ਜਿਹੇ ਹੋ ਗਏ ਜਿਹੜੇ ਸਿੱਧਾ ਹੀ ਸਾਡਾ ਸਟੇਟ ਨਾਲ ਟਕਰਾ ਗਿਆ। ਇੱਕ ਸੰਧਵਾਂ ਦੇ ਵਿੱਚ ਗੋਲੀ ਚੱਲੀ ਅਤੇ ਉੱਥੇ ਮਜ਼ਦੂਰ ਮਾਰਿਆ ਗਿਆ। ਇੱਕ ਰੈੱਡ ਕ੍ਰਾਸ ਦੇ ਇੰਪਲਾਈਜ਼ ਨੂੰ ਇਕੱਠਾ ਨੌਕਰੀ ਤੋਂ ਕੱਢ ਦਿੱਤਾ ਗਿਆ। ਇੱਕ ਨਹਿੰਗਾਂ ਦੇ ਗੋਲੀ ਚੱਲੀ ਸਰਾਏਨਾਗਾ। ਤਾਂ ਇਹ ਸਾਰਿਆਂ ਦੇ ਵਿੱਚ ਅਸੀਂ ਆਪਣੀ ਰਿਪੋਰਟ ਛਾਪੀ ਅਤੇ ਇਸ ਰਿਪੋਰਟ ਦੇ ਛਾਪਣ ਨਾਲ ਉਹਨਾਂ ਨੇ ਮੈਨੂੰ ਨੋਟਿਸ ਦੇ ਦਿੱਤਾ ਕਿ ਤੁਸੀਂ ਸਰਕਾਰੀ ਨੌਕਰੀ ਵਿੱਚ ਰਹਿੰਦੇ ਹੋਏ ਪੋਲੀਟੀਕਲ ਕੰਮਾਂ ਵਿੱਚ ਹਿੱਸਾ ਨਹੀਂ ਲੈ ਸਕਦੇ। ਤਾਂ ਮੈਂ ਇਹ ਸਟੈਂਡ ਲਿਆ। ਸਰਕਾਰੀ ਨੌਕਰੀ ਸੀ? ਹਾਂਜੀ, ਠੀਕ ਹੈ। ਤਾਂ ਮੈਂ ਇਹ ਸਟੈਂਡ ਲਿਆ, ਮੈਂ ਮੈਡੀਕਲ ਕਾਲਜ ਫਰੀਦਕੋਟ ਵਿੱਚ ਸੀ। ਤਾਂ ਮੈਂ ਇਹ ਸਟੈਂਡ ਲਿਆ ਕਿ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਇਹ ਇੱਕ ਡਿਊਟੀਜ਼ ਵਿੱਚ ਸਾਡੇ ਕਿਹਾ ਜਾਂਦਾ ਕਿ ਤੁਸੀਂ ਇੱਕ ਸਮਾਜਿਕ ਚੇਤਨਾ ਸਾਇੰਟੀਫਿਕ ਫੈਲਾਉਂਗੇ, ਅਤੇ ਮੈਂ ਆਪਣਾ ਉਹ ਫਰਜ਼ ਨਿਭਾ ਰਹੀ ਹਾਂ ਅਤੇ ਮਨੁੱਖੀ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੀ ਹਾਂ। ਇਹ ਕਰਨ ਦਾ ਮੇਰਾ ਰਾਈਟ ਹੈ ਅਤੇ ਤੁਸੀਂ ਇਸ ਤੋਂ ਮੈਨੂੰ ਸਿਰਫ ਇਸ ਕਰਕੇ ਨਹੀਂ ਰੋਕ ਸਕਦੇ ਕਿਉਂਕਿ ਮੈਂ ਸਰਕਾਰੀ ਨੌਕਰੀ ਵਿੱਚ ਹਾਂ। ਮੈਂ ਆਪਣਾ ਇਹ ਜਵਾਬ ਲਿਖ ਕੇ ਦਿੱਤਾ ਅਤੇ ਇਸ ਦੇ ਲਈ ਅਸੀਂ ਪਰ ਉਹਨਾਂ ਨੇ ਮੈਨੂੰ ਫਿਰ ਵੀ ਨੋਟਿਸ ਭੇਜ ਦਿੱਤਾ ਅਤੇ ਅਸੀਂ ਅਦਾਲਤ ਵਿੱਚ ਵੀ ਗਏ ਜਿਹਦੇ ਵਿੱਚ ਸੁਪਰੀਮ ਹਾਈਕੋਰਟ ਨੇ ਇਸ ਕੇਸ ਨੂੰ ਡਿਸਮਿਸ ਕਰ ਦਿੱਤਾ। ਅੱਛਾ ਜੀ, ਤੁਹਾਡੇ ਹੱਥ 'ਚ ਆ ਗਿਆ ਫੈਸਲਾ? ਨਾ, ਡਿਸਮਿਸ ਕਰਤਾ। ਅੱਛਾ, ਡਿਸਮਿਸ ਬਿਨਾਂ ਸੁਣੇ, ਹਾਈਕੋਰਟ ਨੇ ਬਿਨਾਂ ਸੁਣੇ ਇਹਨੂੰ ਡਿਸਮਿਸ ਕਰ ਦਿੱਤਾ। ਠੀਕ ਹੈ। ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਸੁਪਰੀਮ ਕੋਰਟ ਵਿੱਚ ਲੈ ਕੇ ਗਏ ਅਤੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਮੇਰੇ ਤੋਂ ਫੀਸ ਨਹੀਂ ਲਈ। ਉੱਥੇ PUCL ਨਾਮ ਦੀ ਸੰਸਥਾ ਕੰਮ ਕਰਦੀ ਸੀ ਅਤੇ ਉਹਨਾਂ ਨੇ ਸਿਰਫ ਮੇਰੇ ਤੋਂ ਕਾਗਜ਼ਾਂ ਦਾ ਖਰਚਾ ਵਗੈਰਾ ਲਿਆ ਅਤੇ ਉਹਨਾਂ ਨੇ ਮੇਰਾ ਕੇਸ ਪਾਇਆ ਅਤੇ ਮੇਰੀ ਪ੍ਰੋਬੇਸ਼ਨ ਜੋ 2 ਸਾਲ ਪੂਰਾ ਹੋਣ ਤੱਕ ਕਲੀਅਰ ਨਹੀਂ ਸੀ ਹੋਈ ਉਹ ਕਲੀਅਰ ਹੋ ਗਈ ਅਤੇ ਉਹਨਾਂ ਨੇ ਬਾਅਦ ਵਿੱਚ ਉੱਥੇ ਕੇਸ ਲੜਿਆ ਜੀ। ਅਤੇ ਮੈਂ ਆਪਣੀ ਨੌਕਰੀ ਦੇ ਵਿੱਚ, ਪੱਕੀ ਨੌਕਰੀ ਦੇ ਵਿੱਚ ਆ ਗਈ। ਇਸੇ ਸੰਸਥਾ ਨੇ ਬਾਅਦ ਵਿੱਚ ਉਹ ਦਿੱਲੀ ਦੇ ਵਿੱਚ ਜਦੋਂ ਕਤਲੇਆਮ ਹੋਇਆ ਤਾਂ ਇਹਨਾਂ ਨੇ ਦੋਸ਼ੀ ਕੌਣ ਨਾਮ ਦੀ ਰਿਪੋਰਟ ਵੀ ਛਾਪੀ ਸੀ।
ਠੀਕ ਹੈ ਜੀ। ਹਾਂਜੀ, ਗੋਬਿੰਦ ਮਖੌਟੀ ਦੀ ਅਗਵਾਈ ਵਿੱਚ, ਤੇ ਉਹ ਕਿਤਾਬ ਉਦੋਂ ਇੰਗਲਿਸ਼ ਵਿੱਚ ਛਪੀ ਸੀ, ਹੂ ਆਰ ਦਾ ਗਿਲਟੀ ਜੀ, ਜਿਹਦੇ ਵਿੱਚ ਔਰਤਾਂ ਜਿਹੜੀਆਂ ਵਿਧਵਾ ਹੋਈਆਂ, ਜਿਹੜੇ ਉਹਨਾਂ ਦੇ ਨਾਲ ਜੋ ਧੱਕਾ ਹੋਇਆ, ਜੋ ਮਕਾਨ ਸਾੜੇ ਗਏ, ਉਹ ਸਾਰੀ ਰਿਪੋਰਟ ਹੈ। ਅਤੇ ਉਸ ਦੇ ਵਿੱਚ ਉਹਨਾਂ ਨੇ ਤਿੰਨ ਵੱਡੇ ਕਾਂਗਰਸੀ ਲੀਡਰਾਂ ਦੇ ਨਾਮ ਦਿੱਤੇ ਸੀ, ਜਿਨ੍ਹਾਂ ਦੇ ਵਿੱਚ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲਨਾਥ ਦੇ ਨਾਮ ਹੈ, ਅਤੇ ਹੋਰ ਬਹੁਤ ਸਾਰੇ ਨਾਮ ਹੈ। ਅਤੇ ਉਹ ਇੱਕ ਇਹੋ ਜਿਹਾ ਕਿਤਾਬਚਾ ਸੀਗਾ ਜਿਹੜਾ, ਮਤਲਬ ਜੇ ਉਦੋਂ ਸੁਪਰੀਮ ਕੋਰਟ ਸੂਓ ਮੋਟੋ ਨੋਟਿਸ ਲੈਂਦੀ ਅਤੇ ਉਸ ਦੇ ਵਿੱਚ ਗਵਾਹ ਸੀ ਜਿਹੜੇ, ਉਹਨਾਂ ਨੂੰ ਲੱਭ ਲੈਂਦੀ ਤਾਂ ਇਨਸਾਫ ਉਦੋਂ ਹੀ ਮਿਲ ਸਕਦਾ ਸੀ। ਮੈਂ ਇੱਥੇ ਗੱਲ ਤੁਹਾਡੀ ਰੋਕਣ ਲੱਗਾ ਵਾਂ ਦਰਸ਼ਕੋ, ਮੈਂ ਇੱਕ ਗੁਸਤਾਖੀ ਦੀ ਪਹਿਲਾਂ ਮਾਫ਼ੀ ਮੰਗ ਲਵਾਂ। ਕਈ ਵੀਰ ਇਹ ਗੱਲ ਵਾਰ ਵਾਰ ਕਹਿ ਦਿੰਦੇ ਨੇ ਕਿ ਮੈਂ ਖੁਦ ਹੀ ਜਦੋਂ ਗੈਸਟ ਗੱਲ ਕਰ ਰਿਹਾ ਹੁੰਦਾ ਹੈ ਅਤੇ ਤੁਸੀਂ ਵਿੱਚ ਬੋਲ ਪੈਂਦੇ ਹੋ, ਪਰ ਕੁਝ ਸਵਾਲ ਨੇ ਜਿਹੜੇ ਬਿਲਕੁਲ ਲੈਣੇ ਬੜੇ ਜ਼ਰੂਰੀ ਹੁੰਦੇ ਨੇ ਅਤੇ ਗੈਸਟ ਦੀ ਰਫ਼ਤਾਰ ਨੂੰ ਵੀ ਉਹ ਕਾਇਮ ਰੱਖਦੇ ਨੇ, ਕਿਉਂਕਿ ਗੈਸਟ ਦੇ ਅੰਦਰ ਬੜਾ ਕੁਝ ਹੁੰਦਾ, ਉਹ ਟੋਣਾ ਪੈਂਦਾ। ਗੈਸਟ ਕਈ ਐਸੇ ਹੁੰਦੇ ਨੇ, ਇੱਕ ਸਾਜ਼ ਨੇ, ਮਾੜਾ ਜਿਹਾ ਸਾਜ਼ ਨੂੰ ਛੇੜਨਾ ਪੈਂਦਾ, ਉਸ ਤੋਂ ਬਾਅਦ ਉਹ ਗੂੰਜ ਪਾਉਂਦੇ ਨੇ। ਸੋ ਭੈਣ ਜੀ ਦੇ ਅੰਦਰ ਬਹੁਤ ਵੱਡਾ ਖਜ਼ਾਨਾ ਆ ਅਤੇ ਮੈਨੂੰ ਪਤਾ ਕਿ ਉਸ ਖਜ਼ਾਨੇ ਦੇ ਕਿਹੜੇ ਕਿਹੜੇ ਸਵਾਲ ਨੇ, ਇਸ ਕਰਕੇ ਦੋਸਤੋ ਮੈਂ ਉਹ ਸਵਾਲ ਕਰਨੇ ਬੜੇ ਮੇਰੇ ਜ਼ਰੂਰੀ ਨੇ ਅਤੇ ਉਹਨਾਂ ਸਵਾਲਾਂ ਨੂੰ ਮੈਂ ਅਗੇਤਰ ਲੱਗਾ ਕਰਨਾ। ਭੈਣ ਜੀ, ਜਿਸ ਦੌਰ ਦੇ ਵਿੱਚ ਤੁਸੀਂ ਇਹ ਕੰਮ ਕੀਤਾ, ਉਹ ਦੌਰ ਬੜਾ ਇੱਕ ਐਸਾ ਦੌਰ ਸੀ, ਪਤਾ ਨਹੀਂ ਸੀ ਗੋਲੀ ਕਿੱਧਰੋਂ ਅਤੇ ਕਿਹੜੇ ਪਾਸਿਓਂ ਆ ਜਾਣੀ ਹੈ। ਫਸਟ ਏ ਉਹ ਦੌਰ ਐਸਾ ਸੀ ਜਦੋਂ ਬੀਬੀਆਂ ਨੂੰ ਘਰੋਂ ਬਾਹਰ ਨਿਕਲਣ ਦੀ ਪਰਮਿਸ਼ਨ ਨਹੀਂ ਸੀ, ਅਤੇ ਤੁਸੀਂ ਉਸ ਦੌਰ ਦੇ ਵਿੱਚ ਇਹ ਕੰਮ ਦੇ ਕਿਵੇਂ ਅੱਗੇ ਲੈ ਕੇ ਚੱਲੇ? ਇਹ ਮੈਂ ਅਸੀਂ ਪਹਿਲਾਂ ਤਾਂ ਮਨੁੱਖੀ ਅਧਿਕਾਰਾਂ ਲਈ ਕੰਮ ਵਗੈਰਾ ਕਰਦੇ ਸੀ ਤੇ ਤੁਸੀਂ ਜਦੋਂ ਉੱਥੋਂ ਬੀਕਾਨੇਰ ਤੋਂ ਆਏ, ਹਾਂਜੀ, ਆਉਂਦਿਆਂ ਸਾਰ ਤੁਸੀਂ ਮਨੁੱਖੀ ਅਧਿਕਾਰਾਂ ਦੇ ਵਾਲੇ ਪਾਸੇ ਚਲੇ? ਹਾਂਜੀ ਹਾਂਜੀ, ਮੈਂ 19 ਨਵੰਬਰ 1979 ਦੇ ਵਿੱਚ ਨੌਕਰੀ ਜੁਆਇਨ ਕੀਤੀ ਹੈ ਅਤੇ 80 ਦੇ ਵਿੱਚ ਹੀ ਸਾਡੀ ਉੱਥੇ ਫਸਟ ਯੂਨਿਟ ਬਣ ਗਈ ਸੀ। ਠੀਕ ਹੈ ਜੀ। ਹਾਂ, ਕਿਉਂਕਿ ਮੈਂ ਉੱਥੇ ਹੀ ਮਤਲਬ ਆਪਣੇ ਸਟੂਡੈਂਟ ਲਾਈਫ ਵਿੱਚ ਵੀ, ਬੀਕਾਨੇਰ ਵੀ ਮੈਂ ਆਪਣੇ ਸਟੂਡੈਂਟ ਪੋਲੀਟਿਕਸ ਵਿੱਚ ਵੀ ਹਿੱਸਾ ਲਿਆ ਸੀਗਾ। ਤਾਂ ਇੱਥੇ ਆਉਣ ਤੋਂ ਬਾਅਦ ਅਸੀਂ ਜਦੋਂ ਮਨੁੱਖੀ ਅਧਿਕਾਰਾਂ ਦੇ ਵਿੱਚ ਇਹ ਕੰਮ ਕਰ ਰਹੇ ਸੀ ਜਮਹੂਰੀ ਅਧਿਕਾਰ ਸਭਾ 'ਚ, ਤਾਂ ਉਹਨਾਂ ਦਿਨਾਂ ਦੇ ਵਿੱਚ ਮੈਂ 1982 ਦੇ ਵਿੱਚ ਇੱਕ ਆਲ ਇੰਡੀਆ ਵੂਮੈਨ ਕਾਨਫਰੰਸ ਅਟੈਂਡ ਕਰਕੇ ਆਈ ਬੰਬੇ। ਉਹਦੇ ਵਿੱਚ ਅਸੀਂ ਉੱਥੇ ਜਾ ਕੇ ਗੱਲ ਰੱਖੀ ਕਿ ਪੰਜਾਬ ਦੇ ਵਿੱਚ ਅਲਟਰਾਸਾਊਂਡ ਦਾ ਮਿਸਯੂਜ਼ ਹੋ ਰਿਹਾ ਅਤੇ ਲੜਕੀਆਂ ਨੂੰ ਉੱਥੇ ਕੁੱਖ ਵਿੱਚ ਮਾਰਿਆ ਜਾ ਰਿਹਾ। ਤਾਂ ਉਦੋਂ ਇਹ ਗੱਲ ਬੰਬੇ ਦੀ ਯੂਨਿਟ ਨੇ ਉਠਾਈ ਅਤੇ ਪੰਜਾਬ ਨੇ, ਬਾਕੀ ਹਿੰਦੁਸਤਾਨ ਦੇ ਵਿੱਚ ਅਜੇ, ਜਾਂ ਬਾਕੀ ਭਾਰਤ, ਸੋਰੀ, ਬਾਕੀ ਭਾਰਤ ਦੇ ਵਿੱਚ ਅਜੇ ਇਹ ਪ੍ਰੋਬਲਮ ਨਹੀਂ ਸੀ ਜੀ। ਇਹ ਮਹਾਰਾਸ਼ਟਰ ਵਿੱਚ ਇਹ ਸ਼ੁਰੂ ਹੋ ਗਈ ਸੀ ਅਤੇ ਪੰਜਾਬ ਵਿੱਚ ਸ਼ੁਰੂ ਹੋ ਗਈ ਸੀ, ਯਾਨੀ ਜਿਹੜੇ ਇਲਾਕੇ ਥੋੜ੍ਹੇ ਜਿਹੇ ਵੱਧ ਪ੍ਰੋਗਰੈਸਿਵ ਹੋ ਗਏ ਸੀ, ਜਿਹਨੂੰ ਪ੍ਰੋਗਰੈਸ ਤਾਂ ਨਹੀਂ ਕਹਿਣਾ ਚਾਹੀਦਾ, ਇਕਨੋਮਿਕਲੀ ਜਿਹੜੇ ਬੈਟਰ ਹੋ ਗਏ ਸੀ, ਉਹਨਾਂ ਨੇ ਇਹ ਸਿਲਸਿਲਾ ਸ਼ੁਰੂ ਕਰਤਾ। ਅਤੇ ਅਸੀਂ ਉਦੋਂ ਸਰਕਾਰ ਨੂੰ ਇਹ ਲਿਖ ਕੇ ਦਿੱਤਾ, ਪਰ ਦੇਖੋ ਸਰਕਾਰ ਉਦੋਂ ਵੀ ਨਹੀਂ ਜਾਗੀ, ਅਤੇ ਉਦੋਂ ਜਾਗੇ ਜਦੋਂ ਔਰਤਾਂ ਦਾ, ਬੱਚੀਆਂ ਦਾ ਰੇਸ਼ੋ ਜਿਹੜਾ 1000 ਮਰਦ ਪਿੱਛੇ 799 ਰਹਿ ਗਿਆ। ਇਹ ਇੰਨਾ ਮਾੜੀ ਹਾਲਤ ਹੈ ਸਾਡੇ ਸਰਕਾਰ ਦੀ ਅਤੇ ਪ੍ਰਬੰਧ ਦੀ ਕਿ ਉਹ ਕਿਸੇ ਵੀ ਗੱਲ ਨੂੰ ਉਹਨਾਂ ਦੇ ਨੋਟਿਸ 'ਚ ਲਿਆ ਦਿਓ ਤਾਂ ਵੀ ਉਹ ਟਾਈਮ ਸਿਰ ਉਹਦੇ 'ਤੇ ਐਕਟ ਨਹੀਂ ਕਰਦੇ ਜੀ। ਮੇਰੇ ਸਵਾਲ ਸੀ ਕਿ ਤੁਸੀਂ ਉਸ ਦੌਰ ਦੇ ਵਿੱਚ ਐਡਾ ਵੱਡਾ ਇਤਿਹਾਸਿਕ ਕੰਮ ਕੀਤਾ ਅਤੇ ਇਹ ਤੁਹਾਨੂੰ ਪ੍ਰੇਰਣਾ ਮਿਲੀ ਕਿੱਥੋਂ ਸੀ? ਅਸੀਂ ਜਦੋਂ ਮਤਲਬ 82 ਦੇ ਵਿੱਚ ਉੱਥੇ ਮੈਂ ਜਾ ਕੇ ਆਈ ਹਾਂ, ਤਾਂ ਵੂਮਨ ਫਰੰਟ 'ਤੇ ਅਸੀਂ ਉਦੋਂ ਹੀ ਕੰਮ ਕਰਨਾ ਸ਼ੁਰੂ ਕਰਤਾ ਸੀ। ਤਾਂ ਅਸੀਂ ਇੱਕ ਸਾਈਕਲੋ ਸਟਾਈਲ ਹੱਥ ਵਾਲੀ ਮਸ਼ੀਨ ਹੁੰਦੀ ਸੀ, ਇੰਨੀ ਕੁ ਲੱਕੜ ਦੇ ਉੱਤੇ ਸ਼ੀਸ਼ਾ ਲੱਗਿਆ ਹੁੰਦਾ ਸੀ ਅਤੇ ਰੂਲਾ ਚਲਾ ਕੇ ਅਸੀਂ ਸਾਈਕਲੋ ਸਟਾਈਲ ਕਰਕੇ ਇੱਕ ਪੇਪਰ ਕੱਢਦੇ ਸੀ, ਕਿਉਂਕਿ ਮੈਂ ਫਰੀਦਕੋਟ ਰਹਿੰਦੀ ਸੀ, ਉਹ ਛੋਟਾ ਜਿਹਾ ਸ਼ਹਿਰ ਸੀ, ਉੱਥੇ ਕੋਈ ਪ੍ਰੈਸ ਵੀ ਹੈ ਨਹੀਂ ਸੀ ਉਦੋਂ ਜਿਹੜੀ ਕੁਛ ਛਾਪ ਸਕੇ। ਤਾਂ ਉਹ ਸੀ ਇਸ ਤਰ੍ਹਾਂ ਦੇ ਸੀ ਪੇਪਰ ਸੀ ਸਾਡੇ ਜੀ, ਇਹ ਜਿਹੜੇ ਕਿ ਸਾਈਕਲੋ ਸਟਾਈਲ ਹੋਏ ਸੀਗੇ, ਜਿਹੜੇ ਅੱਜ ਕੱਲ੍ਹ ਹੱਥ ਨਾਲ ਬੰਦ ਹੋ ਗਈਆਂ ਚੀਜ਼ਾਂ, ਉਹ ਕੋ ਤਾਂ ਹੁਣ ਤਾਂ ਹੈ ਹੀ ਨਹੀਂ ਜੀ, ਉਹ ਮੇਰੇ ਕੋਲ ਰੂਲਾ ਜ਼ਰੂਰ ਪਿਆ ਇੱਕ ਯਾਦਗਾਰ ਦੇ ਤੌਰ 'ਤੇ ਜੀ। ਅਤੇ ਇਹ ਮਤਲਬ ਅਸੀਂ ਕੁਛ 1984 ਦੇ ਵਿੱਚ ਅਸੀਂ ਇਹ ਸਟਾਰਟ, ਮਤਲਬ 83 ਵਿੱਚ ਅਸੀਂ ਇਹ ਕੰਮ ਸ਼ੁਰੂ ਕਰਤਾ ਸੀ ਟੀਮ ਬਣਾਉਣ ਦਾ, ਕਾਲਜਿਸ ਵਿੱਚ ਜਾ ਕੇ, ਅਤੇ ਅਸੀਂ ਇੱਕ ਪਰਫੋਰਮਾ ਭਰਿਆ ਜਿਹਦੇ 'ਚ ਅਸੀਂ ਕੁਛ ਸਵਾਲ ਪੁੱਛੇ, ਅਤੇ ਅਸੀਂ ਇੱਕ ਕੰਸੈਪਟ ਲੈ ਕੇ ਗਏ ਸੀ ਕਿ ਜਿਹੜੀ ਔਰਤਾਂ ਦੀ ਮੂਵਮੈਂਟ ਹੈ ਉਹ ਇਕੱਲੀਆਂ ਔਰਤਾਂ ਦੀ ਨਹੀਂ, ਔਰਤਾਂ ਅਤੇ ਆਦਮੀਆਂ ਦੀ ਸਾਂਝੀ ਹੈ ਜੀ। ਮਤਲਬ ਇਕੱਲੀਆਂ ਔਰਤਾਂ ਜੇ ਕੰਮ ਕਰਨਗੀਆਂ ਉਹ ਵੀ ਲਿਬਰੇਟ ਨਹੀਂ ਕਰ ਸਕਦੀਆਂ, ਅਤੇ ਜੇ ਆਦਮੀ ਸੋਚਣ ਵੀ ਅਸੀਂ ਇਕੱਲੇ ਲਿਬਰੇਟ ਹੋ ਜਾਵਾਂਗੇ ਤਾਂ ਉਹ ਵੀ ਨਹੀਂ ਹੋ ਸਕਦਾ, ਵੀ ਇਹ ਦੋਵਾਂ ਨੂੰ ਇਕੱਠੇ ਰਲ ਕੇ ਚੱਲਣਾ ਪਊਗਾ। ਇਹ ਕੰਸੈਪਟ ਲੈ ਕੇ ਅਸੀਂ ਉਹ ਪਰਫੋਰਮੇ ਭਰਾਏ ਅਤੇ ਉੱਥੇ ਸਾਨੂੰ ਬਹੁਤ ਵਧੀਆ ਵਧੀਆ ਲੋਕ ਮਿਲੇ, ਨਵਸ਼ਰਨ ਮਿਲੀ, ਅਰੀਤ ਮਿਲੀ, ਜਿਹੜੀਆਂ ਦੋਨੋਂ ਸਰਦਾਰ ਗੁਰਸ਼ਰਨ ਸਿੰਘ ਦੀਆਂ ਬੇਟੀਆਂ, ਅਤੇ ਉਹਨਾਂ ਨੇ ਵੀ ਨਾਲ ਕੋਆਪਰੇਟ ਕੀਤਾ। ਉੱਥੇ ਸਾਨੂੰ ਮਹਿੰਦਰ ਸਿੰਘ ਇੱਕ ਮਿਲਿਆ ਲੜਕਾ, ਰਣਜੀਤ ਸਿੰਘ ਮਿਲੇ, ਗੁਰਬਚਨ ਮਿਲੇ,
ਤਾਂ ਇਹਨਾਂ ਲੋਕਾਂ ਨੇ ਸਾਡੇ ਨਾਲ ਸਹਿਯੋਗ ਕੀਤਾ ਅਤੇ ਗਣਪਤ ਸ਼੍ਰੀ ਗਣਪਤ ਰਾਏ ਵਕੀਲ ਸੀਗੇ ਤਾਂ ਇਹਨਾਂ ਦੇ ਨਾਲ ਅਸੀਂ ਇਹ ਮੈਗਜ਼ੀਨ ਬਾਅਦ ਵਿੱਚ ਇਹਨੂੰ ਛਾਪਣਾ ਸ਼ੁਰੂ ਕੀਤਾ। ਜਿਹੜੀ ਤੁਸੀਂ ਮੈਗਜ਼ੀਨ ਛਾਪਦੇ ਸੀ ਉਸ ਸਮੇਂ ਦੇ ਹਾਲਾਤਾਂ ਦੇ ਬਾਰੇ ਮੇਰਾ ਸਵਾਲ ਇਹ ਹੈ ਕਿ ਜਿਹੜੀ ਤੁਹਾਡੀ ਇੱਕ ਜਮਹੂਰੀ ਅਧਿਕਾਰ ਸਭਾ ਸੀ ਇਸ ਰਿਪੋਰਟ ਦੇ ਵਿੱਚ ਉਹਦਾ ਵੀ ਕੋਈ ਯੋਗਦਾਨ ਸੀ? ਨਹੀਂ ਜੀ, ਉਹਨਾਂ ਦਾ ਕੋਈ ਯੋਗਦਾਨ ਨਹੀਂ ਸੀ ਅਤੇ ਜਦੋਂ ਅਸੀਂ ਇਹ ਰਿਪੋਰਟ ਬਣਾਈ ਉਦੋਂ ਮੈਂ ਜਮਹੂਰੀ ਅਧਿਕਾਰ ਸਭਾ ਛੱਡ ਵੀ ਦਿੱਤੀ ਸੀ। ਛੱਡਣ ਦਾ ਕਾਰਨ ਕੀ ਬਣਿਆ ਸੀ? ਉਹਦਾ ਛੱਡਣ ਦਾ ਕਾਰਨ ਇਹ ਸੀਗਾ ਕਿ ਮੈਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਪੂਰਾ ਕਰ ਲਾਂ ਫਿਰ ਉਹਦੇ 'ਤੇ ਆਵਾਂਗੇ ਜਿਹੜਾ ਤੁਸੀਂ ਪੁੱਛਿਆ। ਤਾਂ ਇਹ ਜਦੋਂ ਅਸੀਂ ਇਹ ਸਾਰਾ ਕੰਮ ਕਰ ਰਹੇ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਸੀ ਉਹ ਇੱਕ ਨਵਾਂ ਰੁੱਖ ਅਖਤਿਆਰ ਕਰ ਰਿਹਾ ਸੀਗਾ। ਮਤਲਬ ਇੱਕ ਪਾਸੇ ਖੱਬੀ ਮੂਵਮੈਂਟ ਨਾਲ ਪ੍ਰਭਾਵਿਤ ਲੋਕ ਚੱਲ ਰਹੇ ਸੀ ਅਤੇ ਉਹਦੇ ਵਿੱਚ ਵੀ ਸਿੱਖ ਪਰਿਵਾਰਾਂ ਦੇ ਲੋਕ ਜ਼ਿਆਦਾ ਸੀ ਕਿਉਂਕਿ ਜਿਹੜੀ ਬਚਪਨ ਤੋਂ ਸਾਡੋਂ ਇੱਕ ਕਲਚਰ ਮਿਲਿਆ ਹੋਇਆ ਉਹ ਕਲਚਰ ਸਾਨੂੰ ਇੱਕ ਬਰਾਬਰੀ ਅਤੇ ਜਿਹੜਾ ਸਮਾਜ ਲਈ ਸਰੋਕਾਰ ਰੱਖਣ ਦੀ ਪ੍ਰੇਰਣਾ ਦਿੰਦਾ। ਅਤੇ ਜਿਹੜੀਆਂ ਖੱਬੀਆਂ ਧਿਰਾਂ ਇਸ ਸਰੋਕਾਰ ਲਈ ਕੰਮ ਕਰ ਰਹੀਆਂ ਸੀ ਸਿੱਖ ਪਰਿਵਾਰਾਂ ਦੇ ਬਹੁਤ ਸਾਰੇ ਲੋਕ ਉਹਦੇ ਵੱਲ ਖਿੱਚੇ ਹੋਏ ਸੀ ਜਿਨ੍ਹਾਂ 'ਚੋਂ ਮੈਂ ਵੀ ਸੀ ਇੱਕ। ਅਤੇ ਬਾਅਦ ਵਿੱਚ ਇੱਥੇ ਇੱਕ ਹੋਰ ਅੰਦੋਲਨ ਸ਼ੁਰੂ ਹੋ ਗਿਆ ਜਿਹੜਾ ਕਿ 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਸ਼ੁਰੂ ਹੋਇਆ ਅਤੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਕੇਂਦਰਿਤ ਹੋ ਗਿਆ। ਤਾਂ ਉਹਦੇ ਵਿੱਚ ਉਦੋਂ ਮੇਰੇ ਮਨ ਵਿੱਚ ਇਹ ਸਵਾਲ ਉੱਠੇ ਵੀ ਇਹ ਅਨੰਦਪੁਰ ਦਾ ਮਤਾ ਕੀ ਹੈ, ਤਾਂ ਅਸੀਂ ਇਹਦੇ 'ਤੇ ਜ਼ਿਕਰ ਕਰਦੇ ਸੀ ਵੀ ਇਹ ਕੀ ਹੈ। ਅਤੇ ਉਹਦੇ ਵਿੱਚ ਮੈਨੂੰ ਉਹ ਗੱਲ ਸਹੀ ਲੱਗਦੀ ਸੀਗੀ ਵੀ ਹਾਂ ਜੇ 4 ਮਹਿਕਮੇ ਮਤਲਬ ਸਰਕਾਰ ਕੋਲ ਰਹਿਣ ਅਤੇ ਬਾਕੀ ਸੂਬਿਆਂ ਨੂੰ ਅਧਿਕਾਰ ਦਿੱਤੇ ਜਾਣ ਤਾਂ ਇਹ ਵਧੀਆ ਗੱਲ ਹੋਊਗੀ ਕਿਉਂਕਿ ਮੈਂ ਰਾਜਸਥਾਨ ਵਿੱਚ ਵੀ ਰਹੀ ਸੀ ਹੋਰ ਥਾਵਾਂ 'ਤੇ ਵੀ ਰਹੀ ਸੀ ਅਤੇ ਮੈਂ ਇਹ ਦੇਖਦੀ ਸੀ ਵੀ ਔਰਤਾਂ ਦੇ ਹਾਲਾਤ ਵੱਖ ਵੱਖ ਹੈ। ਕਿੱਥੇ ਰਾਜਸਥਾਨ ਹੈ ਜਿੱਥੇ ਔਰਤਾਂ ਸਤੀ ਹੋ ਰਹੀਆਂ, ਕਿੱਥੇ ਸਾਡਾ ਪੰਜਾਬ ਹੈ ਜਿੱਥੇ ਗੁਰੂ ਅਮਰਦਾਸ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਉਹਨਾਂ ਨੇ ਸਤੀ ਰੋਕ ਪ੍ਰਥਾ ਰੋਕਤੀ ਸੀ, ਕਿੱਥੇ ਉਹ ਔਰਤਾਂ ਘੁੰਡ ਦੇ ਵਿੱਚ ਲਿਪਟੀਆਂ ਹੋਈਆਂ ਅਤੇ ਕਿੱਥੇ ਸਾਡੇ ਘੁੰਡ ਦਾ ਬਹੁਤ ਹੀ ਐਵੇਂ ਨਾਮ ਮਾਤਰ ਹੈ ਵੀ ਕੋਈ ਘੁੰਡ ਨਹੀਂ ਕੱਢਦੀ, ਨਾ ਸਾਡੇ ਕੋਈ ਉਹ ਮਿੱਥਾਂ ਜੁੜੀਆਂ ਹੋਈਆਂ ਕਿ ਅਸੀਂ ਸੰਧੂਰ ਜ਼ਰੂਰ ਪਾਉਣਾ ਜਾਂ ਬਿੰਦੀ ਜ਼ਰੂਰ ਲਾਉਣੀ ਹੈ ਨਹੀਂ ਤਾਂ ਸਾਡਾ ਜਿਹੜਾ ਘਰਵਾਲਾ ਉਹ ਮਰ ਜਾਊਗਾ ਜਾਂ ਉਹ ਸਾਡਾ ਪਤੀ ਪਰਮੇਸ਼ਵਰ ਹੈ। ਤਾਂ ਮਤਲਬ ਵੀ ਇਹ ਜਿਹੜੇ ਫਰਕ ਹੈਗੇ ਆ ਇਹਨਾਂ ਫਰਕਾਂ ਕਰਕੇ ਵੀ ਅੱਡ ਅੱਡ ਸੂਬਿਆਂ ਦੇ ਵਿੱਚ ਅਲੱਗ ਅਲੱਗ ਤਰੀਕੇ ਦਾ ਕਲਚਰ ਹੋਣ ਕਰਕੇ ਉਵੇਂ ਹੀ ਕੰਮ ਹੋਣਾ ਚਾਹੀਦਾ ਜੀ। ਇਹ ਮਤਲਬ ਗੱਲਾਂ ਸਾਡੇ ਦਿਮਾਗ ਵਿੱਚ ਆਉਂਦੀਆਂ ਸੀ ਪਰ ਮੈਂ ਉਹਨਾਂ ਦਿਨਾਂ ਵਿੱਚ ਕਦੇ ਮਤਲਬ ਇਸ ਮੂਮੈਂਟ ਦੇ ਨਾਲ ਜੁੜੀ ਨਹੀਂ। ਭਿੰਡਰਾਂਵਾਲੇ ਦੀ ਡੈਥ ਤੋਂ ਪਹਿਲਾਂ ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਡੈਥ ਹੋਈ ਉਸ ਤੋਂ ਪਹਿਲਾਂ ਅਸੀਂ ਕੁਛ ਦਿਨ ਪਹਿਲਾਂ ਅਪ੍ਰੈਲ ਦੇ ਵਿੱਚ ਦਰਬਾਰ ਸਾਹਿਬ ਗਏ ਸੀ। ਉੱਥੇ ਮੇਰੇ ਨਾਲ ਮੇਰੇ ਇੱਕ ਮਿੱਤਰ ਗਏ ਸੀਗੇ ਅਤੇ ਉਹਨਾਂ ਦੇ ਅਸੀਂ ਉਹਨਾਂ ਨੂੰ ਉੱਤੇ ਵੇਖਿਆ ਸੀਗਾ ਆਪਣੇ ਲੰਗਰ ਦੀ ਬਿਲਡਿੰਗ 'ਤੇ। ਬਲੂ ਸਟਾਰ ਵੇਲੇ ਅਸੀਂ 10 ਦਿਨ ਪੂਰੇ ਬੰਦ ਰਹੇ ਅੰਦਰ ਅਤੇ BBC ਤੋਂ ਸਾਨੂੰ ਸਾਰੀ ਗੱਲਬਾਤ ਦਾ ਪਤਾ ਲੱਗਿਆ ਅਤੇ ਜਦੋਂ ਹੀ ਖੁੱਲ੍ਹਿਆ ਦਰਬਾਰ ਸਾਹਿਬ ਦਾ ਜਾਣਾ ਅੰਦਰ ਤਾਂ ਮੈਂ ਸਭ ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ ਗਏ ਤਾਂ ਉੱਥੇ ਜਾ ਕੇ ਜੋ ਹਾਲਾਤ ਵੇਖੇ ਉਹ ਬਿਆਨ ਤੋਂ ਬਾਹਰ ਸੀ। ਉਹਨਾਂ ਬਾਰੇ ਮੈਂ ਜ਼ਿਆਦਾ ਟਾਈਮ ਨਹੀਂ ਲਊਂਗੀ ਕਿਉਂਕਿ ਸਾਰਿਆਂ ਨੂੰ ਪਤਾ ਉੱਥੇ ਕੀ ਸੀ ਕੀ ਹੋਇਆ ਸੀ, ਪਰ ਇੱਕ ਗੱਲ ਜਿਹੜੀ ਮੈਂ ਡਾਕੂਮੈਂਟ ਕਰਨਾ ਚਾਹੁੰਦੀ ਉਹ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੈਂ ਗਈ ਹਾਂ ਟੈਂਕ ਅੰਦਰ ਖੜ੍ਹਾ ਸੀ, ਮੈਂ ਆਪਣੇ ਅੱਖੀ ਵੇਖਿਆ, ਪਰਿਕਰਮਾ ਟੁੱਟੀ ਹੋਈ ਸੀ, ਇਮਾਰਤਾਂ ਨੂੰ ਅੱਗ ਲੱਗੀ ਹੋਈ ਸੀ, ਰੈਫਰੈਂਸ ਲਾਇਬ੍ਰੇਰੀ ਵਾਲੇ ਪਾਸੇ ਅੱਗ ਲੱਗੀ ਹੋਈ ਸੀ, ਪ੍ਰਸ਼ਾਦ ਉੱਥੇ ਉਸ ਟਾਈਮ ਨਹੀਂ ਸੀ ਮਿਲ ਰਿਹਾ ਅਤੇ ਟਾਵੇਂ ਟਾਵੇਂ ਲੋਕ ਸੀ। ਹਰਿਮੰਦਰ ਸਾਹਿਬ ਦੀ ਬਿਲਡਿੰਗ ਨੂੰ ਐਂ ਕਿਹਾ ਜਾ ਸਕਦਾ ਸੀ ਜਿਵੇਂ ਸਕੈਲਟਨ ਖੜ੍ਹਾ ਹੁੰਦਾ, ਸੋਰੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਜਿਵੇਂ ਸਕੈਲਟਨ ਖੜ੍ਹਾ ਹੁੰਦਾ ਅਤੇ ਦਰਸ਼ਨੀ ਡਿਓਡੀ ਦਾ ਇੱਕ ਪਾਸਾ ਪੂਰਾ ਟੁੱਟਿਆ ਹੋਇਆ ਸੀ। ਅਤੇ ਜਦੋਂ ਮੈਂ ਅੰਦਰ ਗਈ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਲਈ ਤਾਂ ਉੱਥੇ ਬੀੜ ਸਾਹਿਬ ਦੇ ਵਿੱਚ ਗੋਲੀ ਲੱਗੀ ਹੋਈ ਦੇਖੀ ਮੈਂ ਆਪਣੀ ਅੱਖਾਂ ਨਾਲ ਅਤੇ ਉੱਥੇ ਬਹੁਤ ਸਾਰੇ ਗੋਲੀਆਂ ਦੇ ਨਿਸ਼ਾਨ ਸੀ ਅਤੇ ਮੈਂ ਗਿਣਨੇ ਸ਼ੁਰੂ ਕੀਤੇ ਅਤੇ ਮੈਂ 300 ਨਿਸ਼ਾਨ ਖੁਦ ਗਿਣ ਲਏ ਸੀ। ਜਦੋਂ ਮੈਨੂੰ ਮੇਰੇ ਮਿੱਤਰ ਨੇ ਕਿਹਾ ਵੀ ਨਹੀਂ ਜਲਦੀ ਚੱਲੋ ਵਾਪਸ ਆਪਣੀ ਬੱਸ ਲੰਘ ਜੂਗੀ, ਹੋ ਸਕਦਾ ਇਸ ਤੋਂ ਵੱਧ ਵੀ ਹੋਣ, ਪਰ 300 ਨਿਸ਼ਾਨ ਮੈਂ ਆਪਣੇ ਅੱਖੀਂ ਮਤਲਬ ਸਾਰੇ ਦਰਬਾਰ ਸਾਹਿਬ ਵਿੱਚ ਘੁੰਮ ਕੇ ਇੱਧਰ ਅਤੇ ਉੱਧਰ ਵੇਖੇ ਅਤੇ ਮੈਂ ਉੱਥੇ ਆਉਣ ਲੱਗੀ ਉਹਨਾਂ ਨੂੰ ਕਹਿ ਕੇ ਵੀ ਆਈ ਵੀ ਇਹਨਾਂ ਨੂੰ ਤੁਸੀਂ ਇਵੇਂ ਦਾ ਇਵੇਂ ਉੱਤੇ ਪੱਤਲੇ ਲਾ ਕੇ ਰੱਖੋ ਜਿਵੇਂ ਜਲ੍ਹਿਆਂਵਾਲੇ ਬਾਗ ਵਿੱਚ ਰੱਖੇ ਹੋਏ ਆ। ਪਰ ਜਦੋਂ ਮੈਂ ਦੁਬਾਰਾ ਗਈ ਤਾਂ ਉਹ ਨਹੀਂ ਸੀ ਰੱਖੇ ਹੋਏ ਉਹਨਾਂ ਨੇ। ਤਾਂ ਉੱਥੋਂ ਇਹ ਸਾਰੀ ਜਿਹੜੀ ਇੰਸੀਡੈਂਸ ਵੇਖੀ ਮੈਂ ਇਹਨੇ ਮੈਨੂੰ ਧੁਰ ਅੰਦਰ ਤੱਕ ਖਿਲਾ ਦਿੱਤਾ ਅਤੇ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਸਵਾਲ ਸੀ ਇਹ ਮਤਲਬ ਦੁਬਾਰਾ ਮਨ ਵਿੱਚ ਆਉਣੇ ਸ਼ੁਰੂ ਹੋਏ ਵੀ ਕੀ ਕੰਸੈਪਟ ਬਣਦਾ, ਸਟੇਟ ਨੇ ਐਂ ਕਿਉਂ ਕੀਤਾ, ਅਨੰਦਪੁਰ ਦੇ ਮਤੇ ਨੂੰ ਲਾਗੂ ਕਿਉਂ ਨਹੀਂ ਸੀ ਕਰ ਸਕਦੇ, ਉਹ ਕੀ ਸਮੱਸਿਆ ਸੀ। ਤਾਂ ਇਹ ਜਿਹੜੇ ਸਾਰੇ ਸਵਾਲਾਂ ਦੇ ਨਾਲ ਜੂਝਦਿਆਂ ਹੋਇਆਂ ਉਦੋਂ
ਜਿਹੜੇ ਖੱਬੀ ਲਹਿਰ ਵਿੱਚ ਵੀ ਲੋਕ ਕੰਮ ਕਰਦੇ ਸੀ ਉਹਨਾਂ ਦੇ ਵਿੱਚ ਵੀ ਮੰਥਨ ਚੱਲਿਆ ਅਤੇ ਉਸ ਮੰਥਨ ਦੇ ਵਿੱਚ ਦੋ ਧਿਰਾਂ ਬਣ ਗਈਆਂ। ਇੱਕ ਧਿਰ ਜਿਹੜੀ ਕਹਿੰਦੀ ਸੀ ਕਿ ਜਿਹੜੇ ਇਸ ਸਟੇਟ ਨੇ ਜ਼ਬਰ ਕੀਤਾ ਇਹਦੇ ਹੱਕ 'ਚ ਖੜੋ, ਇੱਕ ਜਿਹੜੇ ਕਹਿੰਦੇ ਸੀ ਵੀ ਨਹੀਂ ਇਹ ਆਪ ਵੀ ਇਹਨਾਂ ਨੇ ਜ਼ਬਰ ਕੀਤਾ ਅਤੇ ਨਹੀਂ ਇਹਨਾਂ ਦੇ ਹੱਕ 'ਚ ਨਹੀਂ ਖੜਨਾ ਚਾਹੀਦਾ। ਤਾਂ ਉੱਥੇ ਮੇਰਾ ਸਟੈਂਡ ਇਹ ਸੀਗਾ ਵੀ ਇਸ ਮਤਲਬ ਜਿਹੜਾ ਜ਼ਬਰ ਹੋ ਰਿਹਾ ਇਹਦੇ ਹੱਕ ਵਿੱਚ ਖੜਨਾ ਚਾਹੀਦਾ ਹੈ, ਕਿਉਂਕਿ ਇਹ ਸਟੇਟ ਕਰ ਰਹੀ ਹੈ ਅਤੇ ਇੱਕ ਸਟੇਟ ਵੱਡੀ ਧਿਰ ਹੈ ਅਤੇ ਉਹ ਗਲਤ ਕਰ ਰਹੀ ਹੈ। ਅਤੇ ਸਾਨੂੰ ਸਾਡੇ ਗੁਰੂਆਂ ਨੇ ਵੀ ਇਹ ਸਿਖਾਇਆ ਹੈ, ਗੁਰੂ ਤੇਗ ਬਹਾਦਰ ਜੀ ਨੇ, ਕਿ ਜੇ ਇੱਕ ਧਿਰ ਨਾਲ ਤੁਸੀਂ ਨਹੀਂ ਵੀ ਸਹਿਮਤ ਹੈਗੇ ਅਤੇ ਫਿਰ ਜੇ ਸਟੇਟ ਉਹਦੇ 'ਤੇ ਜ਼ਬਰ ਕਰਦੀ ਹੈ ਤਾਂ ਤੁਸੀਂ ਉਹਨਾਂ ਦੇ ਹੱਕ 'ਚ ਖੜੋ, ਅਤੇ ਉਹਨਾਂ ਨੇ ਤਾਂ ਇਸ ਗੱਲ ਲਈ ਸ਼ਹੀਦੀ ਵੀ ਦੇ ਦਿੱਤੀ ਜੀ। ਤਾਂ ਇੱਥੇ ਫਿਰ ਮੈਂ ਇਹ ਜਿਹੜਾ ਸਾਡਾ ਉੱਥੇ ਵਿਚਾਰ ਤਰਕ ਵੱਖਰੇਵਾਂ ਆਇਆ ਉਹਦੇ ਵਿੱਚੋਂ ਮੈਂ ਜਮਹੂਰੀਅਤ ਕਰ ਸਭਾ ਛੱਡ ਦਿੱਤੀ। ਅੱਛਾ, ਜਮਹੂਰੀਅਤ ਕਰ ਸਭਾ ਇਸ ਕਾਰਨ ਕਰਕੇ ਛੱਡੀ ਹੈ? ਛੱਡ, ਹਾਂ। ਅਤੇ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਇਹਦੇ 'ਤੇ ਦੇਖਦੇ ਰਹੇ ਸਾਰਾ। ਤਾਂ ਫਿਰ 1986 ਦੇ ਵਿੱਚ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਔਰਤਾਂ ਦੇ ਨਾਲ ਵੀ ਤਸ਼ੱਦਦ ਹੋ ਰਿਹਾ ਅਤੇ ਔਰਤਾਂ ਦੀ ਮੂਵਮੈਂਟ ਕਾਫੀ ਜ਼ਿਆਦਾ ਘੱਟ ਗਈ ਉਦੋਂ, ਕਿਉਂਕਿ ਮਤਲਬ ਗੱਡੀਆਂ ਬੱਸਾਂ ਜਦੋਂ ਮਰਜ਼ੀ ਰੁਕ ਜਾਂਦੀਆਂ ਸੀ, ਜਿੱਥੇ ਮਰਜ਼ੀ ਕਰਫਿਊ ਲੱਗ ਜਾਂਦਾ ਸੀ, ਕਿਤੇ ਗੋਲੀ ਚੱਲ ਜਾਂਦੀ ਸੀ, ਤਾਂ ਫਿਰ ਜ਼ਿਆਦਾ ਔਰਤਾਂ ਨੂੰ। ਤੁਸੀਂ ਉਸ ਸਮੇਂ ਕਿੱਥੇ ਰਹਿ ਰਹੇ ਸੀ? ਫਰੀਦਕੋਟ ਰਹਿਣ ਲੱਗ ਪਏ? ਮੈਂ ਫਰੀਦਕੋਟ ਹੀ ਜੋਬ ਵਿੱਚ ਸੀਗੀ, ਮੈਂ ਮਤਲਬ 80 ਤੋਂ ਲੈ ਕੇ ਉੱਥੋਂ ਹੁਣ ਤੱਕ ਉੱਥੇ ਹੀ ਹਾਂ। ਠੀਕ ਹੈ, ਫਰੀਦਕੋਟ ਹੀ ਹਾਂ, ਹਾਂਜੀ। ਤਾਂ ਇਹ ਸਾਰਾ ਕਰਦਿਆਂ ਕਰਦਿਆਂ ਮੁੜ ਕੇ ਇੱਕ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਅਖਬਾਰ ਛਪੀ, ਚ ਖਬਰ ਛਪੀ ਵੀ 41 ਪੰਚਾਇਤਾਂ ਨੇ ਅਸਤੀਫਾ ਦੇ ਦਿੱਤਾ। ਤਾਂ ਉਹ ਬਹੁਤ ਵੱਡੀ ਖਬਰ ਸੀ ਵੀ 41 ਪੰਚਾਇਤਾਂ ਨੇ ਅਸਤੀਫਾ ਦਿੱਤਾ ਅਤੇ ਕਾਹਦੇ ਵਾਸਤੇ ਦਿੱਤਾ? ਕਾਰਨ ਔਰਤਾਂ 'ਤੇ ਜ਼ਬਰ ਹੋ ਰਿਹਾ ਜਿਹੜਾ। ਅੱਛਾ, ਔਰਤਾਂ 'ਤੇ ਜ਼ਬਰ ਹੋ ਰਿਹਾ ਸੀ ਅਤੇ ਪੰਜਾਬ ਦੀਆਂ 41 ਪੰਚਾਇਤਾਂ ਨੇ ਸਮੂਹਕ ਤੌਰ 'ਤੇ ਅਸਤੀਫਾ ਦੇ ਦਿੱਤਾ? ਤਾਂ ਇਹ ਬਹੁਤ ਵੱਡੀ ਖਬਰ ਸੀ, ਕਿਉਂਕਿ ਅਸੀਂ ਗੁਰਦਾਸਪੁਰ ਦੇ ਇਲਾਕੇ ਤੋਂ ਬਹੁਤ ਜ਼ਿਆਦਾ ਦੂਰ ਰਹਿੰਦੇ ਸੀ ਅਤੇ ਸਾਰੀਆਂ ਖਬਰਾਂ ਉੱਧਰ ਨਹੀਂ ਸੀ ਆਉਂਦੀਆਂ, ਪਰ ਇੰਨਾ ਪਤਾ ਸੀ ਕਿ ਜ਼ਬਰ ਹੋ ਰਿਹਾ ਅਤੇ ਉਹ ਜ਼ਬਰ ਗੋਬਿੰਦ ਰਾਮ ਕਰ ਰਿਹਾ ਅਤੇ ਗੋਬਿੰਦ ਰਾਮ ਫਰੀਦਕੋਟ ਵੀ ਰਹਿ ਕੇ ਗਿਆ ਸੀ। ਅੱਛਾ, ਫਰੀਦਕੋਟ ਰਹਿ ਕੇ ਗਿਆ ਸੀ ਅਤੇ ਫਰੀਦਕੋਟ, ਹਾਂ, ਅਤੇ ਫਰੀਦਕੋਟ ਇਹਨੇ ਉੱਥੇ ਵਾਹਵਾ ਗੰਦ ਪਾਇਆ ਹੋਇਆ ਸੀ, ਪਰ ਉੱਥੇ ਫਰੀਦਕੋਟ ਦੇ ਲੋਕਾਂ ਵੱਲੋਂ ਕੁਛ ਮੁੱਦਿਆਂ 'ਤੇ ਇਹਦੇ ਨਾਲ ਬਹੁਤ ਤਕੜਾ ਜ਼ਬਰਦਸਤ ਵਿਰੋਧ ਆਇਆ ਅਤੇ ਇਹਦੀ ਉੱਥੋਂ ਬਦਲੀ ਕਰਵਾ ਦਿੱਤੀ ਗਈ ਸੀ। ਤਾਂ ਫਰੀਦਕੋਟ ਵਾਲੇ ਅੱਜ ਵੀ ਮਾਣ ਮਹਿਸੂਸ ਕਰਦੇ ਆ ਵੀ ਉਹ ਜਾਬਰ ਨੂੰ ਅਸੀਂ ਭਜਾਇਆ ਸੀ ਇੱਥੋਂ, ਗੋਬਿੰਦ ਰਾਮ ਨੂੰ। ਗੋਬਿੰਦ ਰਾਮ ਨੂੰ ਬੜੀ ਉਹ ਧਮਕੀਆਂ ਦਿੰਦਾ ਹੁੰਦਾ ਸੀ, ਕਹਿੰਦਾ ਵੀ ਬਹੁਤ ਧਮਕੀਆਂ ਦਿੰਦਾ ਸੀ, ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਹਾਂਜੀ ਹਾਂਜੀ, ਗੋਬਿੰਦ ਰਾਮ ਨੂੰ ਚੇਤੇ ਰੱਖਿਆ, ਹਾਂ ਹਾਂ, ਐਸੇ ਹਾਲਾਤ ਸੀ। ਹਾਂ, ਤਾਂ ਉੱਥੇ ਉਸ ਤੋਂ ਬਾਅਦ ਉਹ ਮਤਲਬ ਬਟਾਲੇ ਗੁਰਦਾਸਪੁਰ ਵਾਲੀ ਸਾਈਡ 'ਤੇ ਕੰਮ ਕਰ ਰਿਹਾ ਸੀ ਤਾਂ ਬਟਾਲੇ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਬਰ ਹੋਇਆ। ਤਾਂ ਅਸੀਂ ਫੈਸਲਾ ਕੀਤਾ ਕਿ ਅਸੀਂ ਉੱਥੇ ਜਾ ਕੇ ਮਤਲਬ ਇੱਕ ਟੀਮ ਵਜੋਂ ਇਹਨੂੰ ਤੱਥਾਂ ਨੂੰ ਕਲੈਕਟ ਕਰੀਏ। ਜਦੋਂ ਅਸੀਂ ਇਹ ਲਿਆ ਇਰਾਦਾ ਅਤੇ ਅਸੀਂ ਹੋਰ ਲੋਕਾਂ ਨਾਲ ਗੱਲ ਕੀਤੀ ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਵੀ ਸਿੱਖ ਪਰਿਵਾਰਾਂ ਵੱਲੋਂ ਹੀ ਸਾਡਾ ਵਿਰੋਧ ਹੋਇਆ ਇਸ ਚੀਜ਼ ਦੇ ਵਿੱਚ। ਹਾਂ, ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਕਿਉਂ ਮਨਾ ਕਰ ਰਹੇ ਹੋ ਸਾਨੂੰ ਵੀ ਅਸੀਂ ਇਹ ਕੰਮ ਕਰੀਏ? ਤਾਂ ਕਹਿੰਦੇ ਵੀ ਨਹੀਂ, ਇਹਦੇ ਵਿੱਚ ਸਾਡੀ ਬੇਇੱਜ਼ਤੀ ਹੈ। ਅਸੀਂ ਕਿਹਾ ਵੀ ਜੋ ਹੋ ਰਿਹਾ ਬੇਇੱਜ਼ਤੀ ਨਹੀਂ ਹੋ ਰਹੀ, ਉਹ ਵੀ ਤਾਂ ਬੇਇੱਜ਼ਤੀ ਹੋ ਰਹੀ ਹੈ ਨਾ। ਤਾਂ ਉਹ ਮੰਨਣ ਹੀ ਨਾ, ਬੜੀ ਮੁਸ਼ਕਲ ਨਾਲ ਅਸੀਂ ਕੁਛ ਲੋਕਾਂ ਨੂੰ ਤਿਆਰ ਕੀਤਾ, ਕਿਉਂਕਿ ਅਸੀਂ ਇਹਨਾਂ ਦੀ ਮਦਦ ਲਏ ਬਿਨਾਂ ਅਸੀਂ ਉਹ ਉਸ ਇਲਾਕੇ ਵਿੱਚ ਇਕੱਲੀਆਂ ਨਹੀਂ ਸੀ ਜਾ ਸਕਦੀਆਂ। ਤਾਂ ਚਲੋ ਕੁਛ ਲੋਕ ਸਾਡੇ ਨਾਲ ਤਿਆਰ ਹੋਏ, ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦਾ ਸਹਿਯੋਗ ਸਾਨੂੰ ਮਿਲਿਆ ਉਹ ਸਨ ਜਸਟਿਸ ਅਜੀਤ ਸਿੰਘ ਬੈਂਸ, ਸਾਬਕਾ ਜੱਜ ਪੰਜਾਬ ਹਰਿਆਣਾ ਹਾਈ ਕੋਰਟ, ਗੁਰਭਜਨ ਸਿੰਘ ਗਿੱਲ ਸਾਬਕਾ DSP, DS ਗਿੱਲ ਸਕੱਤਰ ਸਿੱਖ ਲਾਇਰਸ ਕੌਂਸਲ, ਗੁਰਬਚਨ ਸਿੰਘ ਘੁੰਮਣ ਐਡਵੋਕੇਟ ਲੁਧਿਆਣਾ, ਭਾਈ ਮਹਿੰਦਰ ਸਿੰਘ ਜਵੰਦਾ ਲੁਧਿਆਣਾ, ਕਮਲਜੀਤ ਕੌਰ ਸੰਪਾਦਕ ਸੰਪਰਕ ਜੀ, ਅਤੇ ਬਟਾਲਾ ਇਲਾਕੇ ਦੇ ਹੋਰ ਪੰਚ ਸਰਪੰਚ ਕਾਫੀ ਸਾਰੇ, ਲੇਕਿਨ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਸੀ ਵੀ ਸਾਡਾ ਨਾਂ ਨਾ ਲਿਖਿਆ ਜੀ, ਕਿਉਂਕਿ ਹਾਲਾਤ ਇਹੋ ਜਿਹੇ ਸੀ। ਤਾਂ ਇਹ ਅਸੀਂ ਮਤਲਬ ਇਹਨਾਂ ਲੋਕਾਂ ਦੀ ਮੈਂ ਗੱਲ ਥੋੜ੍ਹੀ ਕੰਪਲੀਟ ਜੀ ਕਰਨੀ ਚਾਹੁੰਦਾ, ਮੈਂ ਇਹ ਨਹੀਂ ਚਾਹੁੰਦਾ ਕਿ ਆਪਣੀ ਇੰਟਰਵਿਊ ਖਿਚੜੀ ਜੀ ਬਣ ਜਾਏ ਕਿੱਥੋਂ ਸ਼ੁਰੂ ਹੋਈ ਸੀ ਅਤੇ ਕਿੱਥੇ ਅਪੜੀ ਹੈ, ਮੈਂ ਚਾਹੁੰਦਾ ਕਿ ਮੈਂ ਸਵਾਲ ਕਰਾਂ ਅਤੇ ਤੁਸੀਂ ਉਹਦਾ ਜਵਾਬ ਦਿਓ, ਉਹ ਜ਼ਿਆਦਾ ਬੈਟਰ ਰਹਿ ਜਾਏਗਾ ਤਾਂ ਕਿ ਆਪਾਂ ਨੂੰ ਇੱਕ ਚੀਜ਼ ਦੀ ਸਮਝ ਲੱਗੇ। ਹੁਣ ਸਾਰੇ ਵਿਸ਼ਿਆਂ ਨੂੰ ਜਦੋਂ ਤੁਸੀਂ ਲੈ ਕੇ ਬੈਠ ਜਾਓਗੇ ਅਤੇ ਮੈਂ ਚੁੱਪ ਕਰਕੇ ਸੁਣਾਂਗਾ ਅਤੇ ਕਿਤੇ ਨਾ ਕਿਤੇ ਸਾਡੀ ਆਡੀਅੰਸ ਇਹ ਗੱਲ ਕਰੇਗੀ ਕਿ ਮੈਂ ਕਹੋ ਜੀ ਸਵਾਲ ਤੁਹਾਡਾ ਇੱਥੇ ਆਹ ਬਣਦਾ ਸੀ, ਤੁਸੀਂ ਸਵਾਲ ਨਹੀਂ ਕੀਤਾ। ਮੈਂ ਸਿਰਫ ਦੋ ਤਿੰਨ ਚੀਜ਼ਾਂ ਪੁੱਛਣੀਆਂ ਚਾਹੁੰਦਾ ਵਾਂ ਕਿ ਤੁਸੀਂ ਜਿਵੇਂ ਦੱਸਿਆ ਕਿ ਮੈਂ ਇਸ ਕਰਕੇ ਜਮਹੂਰੀਅਤ ਸਭਾ ਛੱਡ ਦਿੱਤੀ, ਉਹਦਾ ਆਹ ਕਾਰਨ ਬਣ ਗਿਆ, ਉਸ ਤੋਂ ਬਾਅਦ ਤੁਹਾਨੂੰ ਔਰਤਾਂ 'ਤੇ ਹੁੰਦੇ ਤਸ਼ੱਦਦ ਦਾ ਪਤਾ ਲੱਗਾ, ਤਸ਼ੱਦਦ ਤੋਂ ਬਾਅਦ ਤੁਸੀਂ ਉਸ ਇਲਾਕੇ ਵਿੱਚ ਜਾਣ ਦਾ ਮਨ ਬਣਾਇਆ, ਉਦੋਂ ਤੁਸੀਂ ਜਦੋਂ ਮਨ ਬਣਾਇਆ ਉਦੋਂ ਤੁਹਾਡੇ ਕੋਲ ਕਿਹੜੀ ਟੀਮ ਸੀ, ਕੈਮਰੇ ਸੀ ਜਾਂ
ਰਿਟਨ ਦੇ ਵਿੱਚ ਤੁਹਾਡੇ ਕੋਲ ਸਿਰਫ ਤੁਸੀਂ ਹੱਥ ਨਾਲ ਲਿਖਦੇ ਸੀ, ਕਿਹੜੇ ਪਰਿਵਾਰਾਂ ਨੂੰ ਮਿਲੇ? ਔਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਇਹ ਗੱਲ ਕਲੀਅਰ ਨਹੀਂ ਤੁਸੀਂ ਕੀਤੀ ਵੀ ਮੈਂ ਕਿਹਾ ਵੀ ਤੁਸੀਂ ਸਾਹਮਣੇ ਆਓ, ਉਹ ਕਿਸ ਗੱਲ ਕਰਕੇ ਕਿ ਬੱਚੀਆਂ ਨਾਲ ਰੇਪ ਹੋ ਰਿਹਾ ਸੀ, ਥਾਣਿਆਂ ਦੇ ਵਿੱਚ ਧੱਕਾ ਹੋ ਰਿਹਾ ਸੀ, ਉਹਨਾਂ ਦੇ ਜਿਸਮ ਦੇ ਸੌਦੇ ਹੋ ਰਹੇ ਸਨ, ਗੱਲ ਕਰਾਂਗੇ ਤੇ ਪਤਾ ਲੱਗੇਗਾ ਨਾ? ਮੈਂ ਤੁਸੀਂ ਜਿਵੇਂ ਕਿਹਾ ਕਿ ਮੈਂ ਉਹਨਾਂ ਲੋਕਾਂ ਨੂੰ ਮਿਲੀ, ਉਹ ਲੋਕੀ ਕਹਿੰਦੇ ਨਹੀਂ ਅਸੀਂ ਦੱਸਣਾ ਨਹੀਂ ਚਾਹੁੰਦੇ, ਹੁਣ ਸਾਡੇ ਦਰਸ਼ਕਾਂ ਨੂੰ ਕੀ ਪਤਾ ਵੀ ਕਿਸ ਮੈਟਰ ਦੇ ਉੱਪਰ ਮਿਲੇ, ਕੀ ਗੱਲਬਾਤ ਕਲੀਅਰ ਨਹੀਂ ਹੋ ਰਹੀ? ਠੀਕ ਹੈ, ਇਹ ਅਸੀਂ ਜਿਹੜਾ ਔਰਤਾਂ 'ਤੇ ਜ਼ਬਰ ਹੋ ਰਿਹਾ ਸੀ, ਅਸੀਂ ਇਹਦੀ ਰਿਪੋਰਟ ਤਿਆਰ ਕਰਨਾ ਚਾਹੁੰਦੇ ਸੀ, ਜਿਹੜੀ ਕਿ ਉਹ ਕਹਿ ਰਹੇ ਸੀ ਕਿ ਨਹੀਂ ਇਸ ਗੱਲ ਨੂੰ ਤੁਸੀਂ ਸਾਹਮਣੇ ਨਾ ਲਿਓ, ਇਹ ਉਹਨਾਂ ਦਾ ਵਿਚਾਰ ਸੀ। ਮੈਂ ਸਮਝਦੀ ਹਾਂ ਉਹਨਾਂ ਦੀ ਇੱਜ਼ਤ ਨਾਲ ਜੁੜਿਆ ਕਨਸੈਪਟ ਜਿਹੜਾ ਇਸ ਤਰ੍ਹਾਂ ਦਾ ਸੀ ਜ਼ਬਰ ਦੇ ਬਾਰੇ, ਇਹ ਇੱਕ ਬ੍ਰਾਹਮਣਿਕਲ ਸੋਚ ਸੀ ਉਹਨਾਂ ਦੀ, ਪਰ ਅਸੀਂ ਉਹਨਾਂ ਵਿੱਚੋਂ ਕੁਛ ਲੋਕਾਂ ਨੂੰ ਨਾਲ ਜੋੜਨ 'ਚ ਕਾਮਯਾਬ ਹੋ ਗਏ, ਅਤੇ ਅਸੀਂ 3 ਮੈਂਬਰਾਂ ਦੀ ਸਾਡੀ ਟੀਮ ਗਈ, ਐਡਵੋਕੇਟ ਗਣਪਤ ਰਾਏ, ਕਮਲ ਅਤੇ ਮੈਂ, ਡਾਕਟਰ ਜੀਵਨਜੋਤ ਕੌਰ। ਤਾਂ ਇਹਦੇ ਵਿੱਚੋਂ ਜਦੋਂ ਅਸੀਂ ਔਰਤਾਂ ਨੂੰ ਮਿਲਣ ਲਈ ਜਾਣਾ ਸੀ ਤਾਂ ਬਟਾਲਾ ਅਤੇ ਗੁਰਦਾਸਪੁਰ ਦੇ ਇਲਾਕੇ ਵੱਲ ਅਸੀਂ ਫੈਸਲਾ ਕੀਤਾ ਵੀ ਅਸੀਂ 2 ਕੁੜੀਆਂ ਹੀ ਜਾਵਾਂਗੀਆਂ ਮਿਲਣ ਲਈ, ਅਤੇ ਐਡਵੋਕੇਟ ਸਾਹਿਬ ਉਸ ਦਿਨ ਸਾਡੇ ਨਾਲ ਨਹੀਂ ਜਾਣਗੇ। ਤਾਂ ਉੱਥੋਂ ਅਸੀਂ ਸਕੂਟਰ 'ਤੇ ਗਈਆਂ ਅਤੇ ਜਿਹਦੇ ਤੋਂ ਸਾਨੂੰ ਮਤਲਬ ਜਿਹੜੇ ਜਾਣਕਾਰ ਪਰਿਵਾਰ ਸੀ ਉਹਨਾਂ ਨਾਲ ਮਿਲਵਾਉਂਦੇ ਸੀ ਕਿਸੇ ਪੰਚ ਜਾਂ ਸਰਪੰਚ ਨਾਲ, ਉਹ ਗਾਂ ਇਨਫੋਰਮੇਸ਼ਨ ਭੇਜਦੇ ਸੀ ਵੀ ਤੁਹਾਡੇ ਕੋਲ ਆ ਟੀਮ ਆਏਗੀ, ਤੁਸੀਂ ਉਹਨਾਂ ਨੂੰ ਇਲਾਕੇ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਲਿਜਾਣ ਦਾ ਸਹਿਯੋਗ ਕਰਨਾ। ਅਤੇ ਅਸੀਂ ਮਤਲਬ ਇਹੋ ਜਿਹੇ ਹਾਲਾਤ ਵਿੱਚ ਸੀਗੇ ਕਿ ਜੇ ਸਰਕਾਰ ਨੂੰ ਸ਼ੱਕ ਪੈ ਜਾਂਦਾ ਕਿ ਅਸੀਂ ਖਾੜਕੂਆਂ ਦੀਆਂ ਔਰਤਾਂ ਤਾਂ ਉਹ ਸਾਨੂੰ ਗੋਲੀ ਮਾਰ ਦਿੰਦੇ, ਅਤੇ ਜੇ ਖਾੜਕੂਆਂ ਨੂੰ ਸ਼ੱਕ ਪੈ ਜਾਂਦਾ ਕਿ ਅਸੀਂ ਸਰਕਾਰ ਦੀਆਂ ਬੀਬੀਆਂ ਤਾਂ ਉਹ ਸਾਨੂੰ ਗੋਲੀ ਮਾਰ ਦਿੰਦੇ। ਇਸ ਤਰ੍ਹਾਂ ਦੇ ਮਤਲਬ ਹਾਲਾਤ ਦੇ ਵਿੱਚ ਅਸੀਂ ਉਹ ਦੋਨੋਂ ਸਕੂਟਰ 'ਤੇ ਗਈਆਂ। ਕੈਮਰਾ ਸਾਡੇ ਕੋਲ ਕੋਈ ਨਹੀਂ ਸੀ ਕਿਉਂਕਿ ਰਾਹ ਵਿੱਚ ਨਾ ਤਾਂ ਪੁਲਿਸ ਕੈਮਰਾ ਲਿਜਾ ਨਹੀਂ ਦਿੰਦੀ ਸੀ, ਅਤੇ ਅਸੀਂ ਮਤਲਬ ਇਸ ਕਰਕੇ ਉਹ ਪੰਗਾ ਹੀ ਨਹੀਂ ਲਿਆ ਕਿ ਅਸੀਂ ਕੈਮਰਾ ਚੱਕੀਏ। ਅਸੀਂ ਉਹ ਸਾਰਾ ਕੁਛ ਵੈਸੇ ਹੀ ਉਹਨਾਂ ਦਾ ਜੋ ਉਹਨਾਂ ਨੇ ਇੰਟਰਵਿਊ ਦਿੱਤੀ ਉਹਨੂੰ ਵੈਸੇ ਹੀ ਆਪਣਾ ਰਫ ਲਿਖਿਆ ਅਤੇ ਸੁਣਿਆ ਉਹਨਾਂ ਨੂੰ, ਔਰਤਾਂ ਨੂੰ, ਉਹਨਾਂ ਪਰਿਵਾਰਾਂ ਨੂੰ। ਹਾਂਜੀ, ਗੁਰਦਾਸਪੁਰ ਏਰੀਆ ਦੇ ਸਨ, ਇਹ ਬਟਾਲਾ ਏਰੀਆ ਦੇ ਮੇਨ ਗੱਲ ਸੀਗੇ। ਹਾਂਜੀ, ਇਹਦੇ ਵਿੱਚੋਂ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹਦੇ ਵਿੱਚ ਅਸੀਂ ਅਜੀਤ ਸਿੰਘ ਸ਼ਾਹ ਦਾ ਪਰਿਵਾਰ, ਪਿੰਡ ਪੱਡਾ, ਥਾਣਾ ਹਰਗੋਬਿੰਦਪੁਰ, ਇਹ ਬਾਰ ਬਾਰ ਖੇਤਾਂ ਵਿੱਚ ਰਹਿੰਦੇ ਸੀ। ਇਹਨਾਂ ਦੇ ਘਰ ਕੁਛ ਲੋਕ ਆਏ ਅਤੇ ਉਹਨਾਂ ਨੇ ਆ ਕੇ ਖਾਣਾ ਖਾਧਾ, ਅਤੇ ਉਹਨਾਂ ਦਾ ਇੱਕ ਸਾਥੀ ਬਿਮਾਰ ਸੀ, ਉਹਨੂੰ ਉਹ ਸ਼ਹਿਰ ਲੈ ਕੇ ਗਏ ਅਤੇ ਇੱਕ ਉੱਥੇ ਹੀ ਸੀਗਾ, ਅਤੇ ਪੁਲਿਸ ਨੂੰ ਸੂਹ ਮਿਲੀ ਅਤੇ ਉਹਨਾਂ ਨੇ ਉੱਥੇ ਛਾਪਾ ਮਾਰਤਾ। ਛਾਪਾ ਮਾਰ ਕੇ ਉਹਨਾਂ ਨੇ ਉਸ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰਤਾ ਅਤੇ ਘਰ ਵਾਲਿਆਂ ਨੂੰ ਸਾਰਿਆਂ ਨੂੰ ਬਾਹਰ ਕੱਢ ਲਿਆ ਅਤੇ ਉਹਨਾਂ ਨੂੰ ਸਭ ਨੂੰ ਠੁੱਡਿਆਂ, ਚਪੇੜਾਂ ਅਤੇ ਬੈਂਤਾਂ ਨਾਲ ਕੁੱਟਿਆ ਬਹੁਤ ਬੁਰੀ ਤਰ੍ਹਾਂ ਨਾਲ। ਬੀਬੀ ਸੁਖਵਿੰਦਰ ਕੌਰ, ਪਤਨੀ ਸਰਦਾਰ ਬਲਵੰਤ ਸਿੰਘ, ਪੁੱਤਰ ਸਰਦਾਰ ਅਜੀਤ ਸਿੰਘ ਸ਼ਾਹ ਨੇ ਦੱਸਿਆ ਕਿ ਸਾਨੂੰ ਪੁਲਿਸ ਅਤੇ BSF ਵਾਲੇ ਕੁੱਟਣ ਡੇ ਪਏ, ਮੇਰੇ 2 ਪਟੇ ਮਾਰੇ, ਫਿਰ ਠੁੱਡੇ 'ਤੇ ਚਪੇੜਾਂ ਮਾਰੀਆਂ, ਗੰਦੀਆਂ ਗਾਲਾਂ ਕੱਢੀਆਂ ਅਤੇ ਕਹਿੰਦੇ ਦੱਸੋ ਕਿਉਂ ਰੋਟੀਆਂ ਪਕਾਈਆਂ ਸੀ। ਅਸੀਂ ਕਿਹਾ ਕਿ ਉਹ ਸਾਨੂੰ ਬੰਦੂਕਾਂ ਦਿਖਾ ਕੇ ਕਹਿੰਦੇ ਸੀ ਕਿ ਰੋਟੀਆਂ ਪਕਾਓ, ਨਹੀਂ ਤਾਂ ਸਿੱਧੀਆਂ ਹੋ ਜਾਓ, ਫਿਰ ਅਸੀਂ ਕੀ ਕਰਦੀਆਂ। ਇਸ 'ਤੇ ਸਾਨੂੰ ਅੱਗੋਂ ਕਹਿੰਦੇ ਕਿ ਤੁਸੀਂ ਉਸ ਤਰ੍ਹਾਂ ਵੀ ਸਿੱਧੀਆਂ ਹੁੰਦੀਆਂ ਹੋਵੋਗੀਆਂ, ਕਦੇ ਕਹਿੰਦੇ ਕਿ ਤੁਹਾਡੇ ਜਵਾਈ ਕਿੱਥੇ ਹਨ, ਤੁਸੀਂ ਆਪਣੀਆਂ ਧੀਆਂ ਉਹਨਾਂ ਨਾਲ ਸਵਾਉਂਦੇ ਹੋ, ਦੱਸੋ ਭੈਣ ਜੀ ਭਲਾ ਸਾਡੀ ਕੋਈ ਇੱਜ਼ਤ ਹੀ ਨਹੀਂ ਕਿ ਉਹ ਜਿਸ ਤਰ੍ਹਾਂ ਦੀ ਬਕਵਾਸ ਮਰਜ਼ੀ ਪਏ ਕਰਨ, ਸਾਡਾ ਕਸੂਰ ਕੀ ਹੈ? ਇਹ ਗੱਲਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕਹੀਆਂ ਵੀ ਤੁਸੀਂ ਉਸ ਤਰ੍ਹਾਂ ਵੀ ਸਿੱਧੀਆਂ ਹੁੰਦੀਆਂ ਹੋਣਗੀਆਂ। ਇਹ ਸ਼ਬਦ ਉਹਨਾਂ ਔਰਤਾਂ ਵਾਸਤੇ ਬੋਲੇ, ਬਹੁਤ ਗੰਦੇ ਸ਼ਬਦ ਹੈ। ਅਤੇ ਅੱਗੋਂ ਪੁੱਛਦੇ ਉਹਨਾਂ ਨੂੰ ਤੁਹਾਡੇ ਜਵਾਈ ਕਿੱਥੇ, ਇਹ ਵੀ ਬਹੁਤ ਗੰਦੀ ਗੱਲ ਕਹੀ ਉਹਨਾਂ ਨੇ। ਤੁਸੀਂ ਆਪਣੀਆਂ ਧੀਆਂ ਨੂੰ ਉਹਨਾਂ ਨਾਲ ਸੁਣਦੇ ਹੋ, ਇਹ ਵੀ ਇੱਕ ਬਹੁਤ ਇੱਕ ਸਵੈਮਾਨ ਵਾਲੇ ਪਰਿਵਾਰ ਲਈ ਸੁਣਨਾ ਬਹੁਤ ਔਖਾ, ਮਰਨਾ ਹੈ ਉਹਨਾਂ ਦਾ। ਦੱਸੋ ਭੈਣ ਜੀ ਭਲਾ ਸਾਡੀ ਕੋਈ ਇੱਜ਼ਤ ਹੀ ਨਹੀਂ ਕਿ ਉਹ ਜਿਸ ਤਰ੍ਹਾਂ ਦੀ ਬਕਵਾਸ ਮਰਜ਼ੀ ਪਏ ਕਰਨ, ਸਾਡਾ ਕਸੂਰ ਕੀ ਹੈ? ਜਦ ਉਹ ਬੰਦੂਕਾਂ ਲੈ ਕੇ ਆਏ ਤਾਂ ਅਸੀਂ ਰੋਟੀ ਪਕਾਉਣ ਉਹਨਾਂ ਕਿਵੇਂ ਕਰਦੀ ਹਾਂ? ਪੁਲਿਸ ਨੇ ਤਾਂ ਸਾਡੀ ਲਾਇਸੈਂਸੀ ਬੰਦੂਕ ਵੀ ਜਮ੍ਹਾਂ ਕਰਵਾ ਲਈ। ਅਸੀਂ ਨਿਹੱਥੇ ਇੱਥੇ ਉਜਾੜ ਵਿੱਚ ਬੈਠੇ ਹਾਂ। ਇਹ ਘਟਨਾ ਦਸੰਬਰ 88 ਦੇ ਅਖੀਰ ਦੀ ਹੈ। ਉਹਨਾਂ ਦਿਨਾਂ ਵਿੱਚ ਲੋਹੜੇ ਦੀ ਠੰਡ ਪੈ ਰਹੀ ਸੀ। ਪੁਲਿਸ ਨੇ ਸਾਡੇ ਬੰਦਿਆਂ ਨੂੰ ਬਾਹਰ ਕੱਢ ਲਿਆ ਅਤੇ ਉਹਨਾਂ ਦੇ ਕੱਪੜੇ ਲਵਾ ਦਿੱਤੇ, ਫਿਰ ਸਾਡੇ ਸਿਰਾਂ ਤੋਂ ਵੀ ਪੱਲੇ ਖਿੱਚ ਲਏ ਅਤੇ ਬੰਦਿਆਂ ਕੋਲ ਹੀ ਬਿਠਾ ਦਿੱਤਾ। 88 ਦੇ ਵਿੱਚ ਔਰਤਾਂ ਜਿਹੜੀਆਂ ਹੈਗੀਆਂ ਉਹ ਸਿਰ 'ਤੇ ਚੁੰਨੀ ਲਏ ਬਿਨਾਂ ਜਾਂ ਕੁਛ ਘੁੰਡਵੀ ਮਾੜਾ ਮੋਟਾ ਕੱਢਦੀਆਂ ਸੀ, ਉਹ ਵੱਡੇ ਬੰਦਿਆਂ ਦੇ ਸਾਹਮਣੇ ਨਹੀਂ ਸੀ ਬੈਠਦੀਆਂ ਅਤੇ ਉਹਨਾਂ ਨੇ ਉਹਨਾਂ ਦੀਆਂ ਚੁੰਨੀਆਂ ਵੀ ਖਿੱਚ ਲੀਆਂ। ਮੈਂ ਬਾਪੂ ਜੀ ਤੋਂ ਪੱਲਾ ਕਰਦੀ ਸੀ, ਅਸੀਂ ਸ਼ਰਮ ਨਾਲ ਪਾਣੀ ਪਾਣੀ ਹੋ ਗਈਆਂ, ਪਰ ਸਾਡਾ ਕੀ ਵੱਸ ਸੀ। ਕੋਈ 2 ਘੰਟੇ ਬਾਅਦ, 2-2.5 ਘੰਟੇ ਬਾਅਦ ਉਹਨਾਂ ਨੇ ਸਾਨੂੰ ਕੱਪੜੇ ਪਾਉਣ ਨੂੰ ਦਿੱਤੇ। ਫਿਰ ਬਾਪੂ ਜੀ, ਮੇਰੇ ਘਰ ਵਾਲਾ, ਸਾਡਾ ਰਿਸ਼ਤੇਦਾਰ, ਇੱਕ ਸਾਡਾ ਪ੍ਰਾਹੁਣਾ ਅਤੇ ਮੈਨੂੰ ਫੜ ਕੇ ਥਾਣੇ ਲੈ ਗਏ। ਮੈਨੂੰ 5 ਦਿਨ ਥਾਣੇ ਰੱਖਿਆ। ਪੁੱਛਣ 'ਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਨਾ ਉਹਨਾਂ ਨੂੰ ਫੜਨ ਸਮੇਂ ਜਨਾਨਾ ਪੁਲਿਸ ਸੀ ਅਤੇ ਨਾ ਹੀ ਥਾਣੇ ਵਿੱਚ ਜਨਾਨਾ ਪੁਲਿਸ ਸੀ।
उस तो बाद दलजीत नूं लैन आ गए। दलजीत कौर पुत्री सरदार शिव सिंह पिंड नड्डा थाना हाट गोबिंदपुर उस समय गोबिंद राम सी उत्थे गोबिंद राम सी उस टाइम उसनूं तुसीं रिपोर्टिंग करन लई गए सी या तुहानूं किसी ने भेजिया सी या तुहानूं कोई ऐसी वूमेन सैल कोई बनिया सी ऐसा वूमेन मूवमेंट सी तुहानूं सपोर्ट कीती सी तुसीं उत्थे चले गए? सानूं किसी दी सपोर्ट नहीं, सानूं गुरु दी सपोर्ट सी। सानूं तां इह लग्गिया वी इह गल एड्डी वड्डी है वी इह बाहर आउणी चाहीदी है। मैं इस करके पुछ रहा वी तुसीं सरकारी नौकरी ते सी, तनखाह मिल रही सी, तुहाडे अंदर इक जनून सी या कह लो एक दर्द सी, वो दर्द तुहानूं उत्थे तक लैके गया। ते तुसीं उस समय मैरिड सी? हाँ मैं मैरिड सी उस टाइम। तुहाडे हसबैंड ने जाण दी परमिशन दित्ती? मेरे हसबैंड मेरे नाल ही सी, एडवोकेट गणपत राय जिन्हां दा मैं नाम लिया वो मेरे हसबैंड सीगे। तो पहला असी पहला तो कट्ठे काम करते सी, उदों मैरिज हो गई सी। तो उदों मेरा बच्चा बहुत छोटा सी जिन्हों जदों असी इत्थे गए हैं, मेरी माँ बीबी गुरबचन कौर ते मेरे हसबैंड एडवोकेट गणपत राय उन्होंने दोवां ने सांभिया। 88 च जदों असी इधर गए थे। तुसी उस पासे चले गए? मैं बिल्कुल जी तुहाडियां गल्लां सुन रहा वां। ते दर्शको शुरुआत विच तुसी सोचदे होवोगे कि भैन जी विशा शायद किसी होर पासे लैके जा रहे ने, नहीं वो हालातों की तुहानूं जानकारी देण तों पहलां पूरा मुढ बद रहे सन। उस तों बाद आपां उस मुद्दे दे उपर आ गए जिहदी मैं शुरुआत विच गल कीती सी कि इस सत्कारयोग भैन जी ने एक बहुत वड्डी आवाज़ बुलंद की, उस तो बाद वो किवें कानून बनता आ कि बीबियां नूं सूरज डुबण तो बाद थाणियां विच नहीं रखिया जाएगा। ये पूरे मामले की जानकारी भैन जी कोलों लवांगे। तुहाडे नाल वादा करदा वां कि अगले हफ्ते भी सत्कारयोग भैन जीवन जोत कौर साडे नाल होणगे ते इहनां दे कोलों वो पूरी इहनां दी जिहड़ी मिहनत है उहदी जानकारी असीं लवांगे। सो अपने सेवक हरप्रीत सिंह मखू नूं दिओ इजाजत। वाहिगुरू जी का खालसा, वाहिगुरू जी की फतेह। अकाल चैनल नूं सबस्क्राइब करो, नवी वीडियोस दी नोटिफिकेशन दे लई बैल आइकन नूं क्लिक करना ना भुलना।